ਸ੍ਰੀ ਵਾਹਿਗੁਰੂ ਸਾਹਿਬ ਜੀਓ ਸ੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਉ ਗੁਰ ਹਿਰਦੈ ਧਿਆਉ ਸ੍ਰੀ ਗੁਰ ਰਾਮਦਾਸ ਗੁਣ ਗਾਉ ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਗੁਰ ਕਾ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾ ਏਕ ਅੰਕਾਰਾ ਸਤਿਗੁਰੂ ਤੈ ਪ੍ਰਸਾਦ ਸਚ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਵਈਆ ਬਰਖ ਬਹੱਤਰ ਭਈ ਯਾਰ ਵਲ ਤਬ ਆਏ ਸਤਿਗੁਰ ਕੇ ਪਾਸ ਨਿਬਾਲ ਸਰੀਰ ਜਰਜਰੀ ਦੇਹੀ ਤਉ ਸੇਵ ਕੋ ਧਰੇ ਹੁਲਾਸ ਬਰਖ ਬਹੱਤਰ ਭਈ ਆਰ ਬਲ ਪਰਮ ਸਤਿਕਾਰ ਯੋਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਪ੍ਰਸਾਦ ਸੰਗਤ ਜੀ ਬਹੁਤ ਹੀ ਵੱਡੇ ਭਾਗਾਂ ਵਾਲੇ ਹਾਂ ਆਪਾਂ ਸਾਰੇ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰ ਇਤਿਹਾਸ ਦੀ ਕਥਾ ਸੰਧਿਆ ਦੇ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਕੀਰਤੀਆਂ ਨੂੰ ਯਾਦ ਕਰਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਪਾਂ ਸਾਰੇ ਗੁਰੂ ਮਹਾਰਾਜ ਦੀ ਬਖਸ਼ਿਸ਼ ਸਦਕਾ ਹਾਜ਼ਰ ਹੋਏ ਹਾਂ ਸਾਰੇ ਹੀ ਰਲ ਮਿਲ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀਆਂ ਲਵਾਓ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪ੍ਰਤੱਖ ਨਾਰਾਇਣ ਜੋ ਕਿ ਸੰਸਾਰ ਦੇ ਵਿੱਚ ਇਸ ਸੰਸਾਰ ਨੂੰ ਮਾਰਗ ਦਰਸ਼ਨ ਦੇਣ ਵਾਸਤੇ ਸੰਸਾਰ ਨੂੰ ਰਾਸਤੇ ਪਾਉਣ ਵਾਸਤੇ ਸ਼ਬਦ ਗੁਰੂ ਨਾਲ ਜੋੜਨ ਵਾਸਤੇ ਮਾਲਕ ਆਪ ਸੰਸਾਰ ਵਿੱਚ ਆਏ ਆਪ ਜੀ ਦੇ ਦਸ ਸਰੂਪ ਸ੍ਰੀ ਨਾਨਕ ਅੰਗਦ ਕਰਮਾਨਾ ਅਮਰਦਾਸ ਅੰਗਦ ਪਹਿਚਾਨਾ ਅਮਰਦਾਸ ਰਾਮਦਾਸ ਕਹਾਇਓ ਸਾਧਨ ਲਖਾ ਮੂਲ ਨਹਿ ਪਾਇਓ ਭਿੰਨ ਭਿੰਨ ਸਭੋਂ ਕਰ ਜਾਣਾ ਏਕੈ ਰੂਪ ਕਿਨੂੰ ਪਹਿਚਾਨ ਜਿਨ ਜਾਣ ਤਿਨ ਹੀ ਸਿਧ ਪਾਈ ਬਿਨ ਸਮਝੈ ਸਿਧ ਹਾਥ ਨਾ ਆਈ
ਐਸੇ ਦਸੇ ਪਾਤਸ਼ਾਹੀਆਂ ਨੇ ਇੱਕ ਸਰੂਪ ਇੱਕ ਜੋਤ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਧਾਰਨ ਕਰਕੇ ਸੰਸਾਰ ਨੂੰ ਮਾਰਗ ਦਰਸ਼ਨ ਦਿੱਤਾ, ਜੀਵਨ 'ਚ ਅਨੇਕਾਂ ਕੌਤਕ ਵਰਤਾਉਣੇ ਕੀਤੇ ਤਾਂ ਕਿ ਸੰਸਾਰ ਨੂੰ ਪਤਾ ਲੱਗੇ। ਆ ਜਿਹੜੇ ਅੱਜ ਕੱਲ੍ਹ ਕਹਿੰਦੇ ਨੇ ਨਾ ਜੀ ਕਿ ਬਜ਼ੁਰਗਾਂ ਨੂੰ ਸਿਆਣਿਆਂ ਨੂੰ ਮੱਥਾ ਨਹੀਂ ਟੇਕਣਾ, ਸੱਚੇ ਪਾਤਸ਼ਾਹ ਕਹਿੰਦੇ ਹਨ ਜੋ ਗੁਰ ਦਿਸੈ ਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ। ਜੀਵਨ ਵਿੱਚ ਮਾਤਾ ਪਿਤਾ ਨੂੰ ਮੱਥਾ ਟੇਕਣਾ, ਨਮਸਕਾਰ ਕਰਨੀ, ਜੀਵਨ ਵਿੱਚ ਮਾਤਾ ਪਿਤਾ ਰੱਬ ਰੂਪ ਹਨ, ਐਸਾ ਮਾਤਾ ਪਿਤਾ ਜੀਵਨ ਵਿੱਚ ਗੁਰਸਿੱਖੀ ਨੂੰ ਸਮਝਦਿਆਂ ਹੋਇਆਂ ਜੀਵਨ ਵਿੱਚ ਵਿਚਰਨ, ਐਸਾ ਸਾਰੇ ਕੌਤਕ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬਹੁਤ ਬਜ਼ੁਰਗੀ ਵਿੱਚ, ਹੁਣ ਇੱਥੇ ਪ੍ਰਸੰਗ ਇੱਥੋਂ ਹੀ ਸ਼ੁਰੂ ਹੋਇਆ। ਇਹ ਅੱਜ ਦਾ ਜਿਹੜਾ ਪ੍ਰਸੰਗ ਹੈ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਬਜ਼ੁਰਗੀ ਦੇ ਵਿੱਚ ਕਿੱਥੇ ਦੇਵੀ ਦੀ ਪੂਜਾ ਕਰਦੇ ਸਨ, 52 ਸਾਲ ਮਹਾਰਾਜ ਖੇਤੀਬਾੜੀ ਕਰਦੇ ਰਹੇ ਅਤੇ 12 ਸਾਲ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਦੇ ਦਰ 'ਤੇ ਪਹੁੰਚਣ ਤੋਂ ਪਹਿਲਾਂ, ਗੁਰੂ ਮਹਾਰਾਜ ਦੇ ਦਰ ਤੋਂ ਪਹੁੰਚਣ ਤੋਂ ਪਹਿਲਾਂ ਦੇਵੀਆਂ ਦੇ ਇਹ ਭਟਕਦੇ ਰਹੇ ਦੇਵੀਆਂ ਦੇ। ਹੁਣ ਮਹਾਰਾਜ ਕਹਿੰਦੇ ਇਸ ਗੁਰੂ ਅੰਗਦ ਪਾਤਸ਼ਾਹ ਦੇ ਦਰਬਾਰ ਦੇ ਵਿੱਚ 72 ਸਾਲ ਦੀ ਉਮਰ ਹੋਈ, 72 ਸਾਲ ਦੀ ਗੁਰੂ ਮਹਾਰਾਜ ਦੇ ਦਰ 'ਤੇ ਤੁਸੀਂ ਅੰਦਾਜ਼ਾ ਲਗਾਓ। ਆਮ ਦੁਨੀਆ ਦੀ ਜਿਹੜੀ ਰੀਤੀ ਮਹਾਰਾਜ ਦੱਸਦੇ ਨੇ ਕਿ 17 ਕਾ ਮਤਹੀਨ 80 ਕਾ ਵਿਵਹਾਰ ਨਾ ਪਾਵੇ, ਐਸੀ ਅਵਸਥਾ ਹੋ ਜਾਂਦੀ ਹੈ ਆਮ ਬੰਦਾ ਖੜ ਨਹੀਂ ਸਕਦਾ। ਉਸ ਉਮਰ ਦੇ ਵਿੱਚ ਮਹਾਰਾਜ ਦੇ ਦਰ 'ਤੇ ਪਹੁੰਚੇ ਹਨ ਗੁਰੂ ਮਹਾਰਾਜ ਦੇ, ਗੁਰੂ ਅਮਰਦਾਸ ਸੱਚੇ ਪਾਤਸ਼ਾਹ। ਅਤੇ ਇੱਥੇ ਆ ਕੇ ਹੁਣ ਜਿਵੇਂ ਸੇਵਾ ਦਾ ਜ਼ਿਕਰ ਆਪ ਜੀ ਸਰਵਨ ਕਰਕੇ ਆਏ ਹੋ ਪਹਿਲਾਂ ਵੀ, ਕਿ ਲੰਗਰ ਦੀ ਸੇਵਾ ਕਰਨੀ, ਪਾਣੀ ਦੀ ਸੇਵਾ, ਜਲ ਢੋਣਾ, ਲੱਕੜਾਂ ਦੀ ਸੇਵਾ ਕਰਨੀ, ਆਏ ਹੋਏ ਸੰਗਤਾਂ ਨੂੰ ਸੰਭਾਲਣਾ, ਲੋਕ ਆਪ ਜੀ ਨੂੰ ਮਸਤਾਨਾ ਦੀਵਾਨਾ ਕਹਿੰਦੇ, ਪਰ ਫਿਰ ਵੀ ਮਾਲਕ ਦੇ ਦਰ ਦੇ ਉੱਤੇ ਕਿਸੇ ਦਾ ਕੋਈ ਵੀ ਮਨ ਦੇ ਵਿੱਚ ਖਿਆਲ ਨਾ ਕਰਨਾ, ਭਜਨ ਬੰਦਗੀ ਵਿੱਚ ਜੁੜੇ ਰਹਿਣਾ, ਸ਼ਬਦ ਗੁਰੂ ਨਾਲ ਜੁੜਨਾ, ਬਾਣੀ ਨੂੰ ਜੀਵਨ ਵਿੱਚ ਗਾਉਣਾ, ਐਸਾ ਅਭਿਆਸ ਮਹਾਰਾਜ ਗੁਰੂ ਅੰਗਦ ਪਾਤਸ਼ਾਹ ਦੇ ਦਰ 'ਤੇ ਖੰਡੂਰ ਸਾਹਿਬ ਰਹਿੰਦਿਆਂ ਹੋਇਆਂ ਮਹਾਰਾਜ ਕਰ ਰਹੇ ਨੇ। ਕਵੀ ਸਾਹਿਬ ਜੀ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਆਪਣੇ ਕਲਮ ਰਾਹੀਂ ਅਗਲੀਆਂ ਪੰਕਤੀਆਂ ਵਿੱਚ ਦੇਖੋ ਕੀ ਇਤਿਹਾਸ ਸਰਵਣ ਕਰਾ ਰਹੇ ਹਨ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਰਖ 72 ਭਈ ਯਾਰ ਬਲਾ ਤਬ ਆਏ ਸਤਿਗੁਰ ਕੇ ਪਾਸ। ਕਹਿੰਦੇ ਸਤਿਗੁਰ ਦੇ ਪਾਸ ਉਸ ਵੇਲੇ ਆਏ ਜਦੋਂ 72 ਸਾਲ ਦੀ ਉਮਰ ਹੋ, ਇੰਨੀ ਆਯੂ ਹੋ ਚੁੱਕੀ ਸੀ ਆਪ ਜੀ ਦੀ। ਨਿਬਲ ਸਰੀਰ ਜਜਰੀ ਦੇਹੀ ਸੋ ਤਉ ਸੇਵ ਕੋ ਧਰਹਿ ਹੁਲਾਸ। ਕਹਿੰਦੇ ਸਰੀਰ ਬਿਲਕੁਲ ਨਿਰਬਲ ਹੋ ਗਿਆ ਸੀ। ਆਮ ਉਮਰ ਦੇ ਵਿੱਚ ਜਿਉਂ ਜਾਂਦਾ ਹੈ ਬੰਦਾ, ਸਰੀਰ ਆਪੇ ਹੀ ਆਪਣੀ ਤਾਕਤ ਛੱਡ ਜਾਂਦਾ, ਪਰ ਫਿਰ ਵੀ ਸਤਿਗੁਰ ਦੇ ਚਰਨਾਂ ਦੇ ਵਿੱਚ ਬੜੇ ਹੁਲਾਸ ਨਾਲ, ਬੜੇ ਪ੍ਰੇਮ ਚਾਉ ਦੇ ਨਾਲ ਮਹਾਰਾਜ ਦੇ ਦਰ 'ਤੇ ਪਹੁੰਚੇ ਹਨ। ਆਲਸ ਤਿਆਗ ਕਰਤੇ ਉਦਯੋਗ ਹੈ ਕਲਸ ਉਠਾਏ ਲਿਆਏ ਜਲ ਰਾਸ। ਕਹਿੰਦੇ ਆਲਸ ਨੂੰ ਤਿਆਗ ਕੇ ਗਾਗਰ, ਕਲਸ ਕਹਿੰਦੇ ਗਾਗਰ ਨੂੰ, ਕਹਿੰਦੇ ਸਵੇਰੇ ਸਵੇਰੇ ਆਪਣੀ ਨੀਂਦ ਨੂੰ ਤਿਆਗ ਕੇ ਸੱਚੇ ਪਾਤਸ਼ਾਹ ਵਾਸਤੇ ਜਲ ਲੈ ਕੇ ਆਉਂਦੇ ਹਨ। ਨਿਜ ਤਨ ਕੀ ਯਾਰ ਘਰ ਕੁਟੰਬ ਕੇ ਸੁਧ ਭੂਲੀ ਕਰ ਗੁਰ ਨਿਰਜਾਸ। ਕਹਿੰਦੇ ਆਪਣੇ ਤਨ ਦੀ ਅਤੇ ਆਪਣੇ ਘਰ ਦੀ ਕੁਟੰਬ ਦੀ ਸੁਧ ਬਿਲਕੁਲ ਭੁੱਲ ਚੁੱਕੀ ਹੈ। ਆਪਣੇ ਤਨ ਦੀ ਵੀ ਸੁਧ ਨਹੀਂ ਹੈ, ਕੁਟੰਬ ਦੀ ਵੀ ਸੁਧ ਨਹੀਂ ਹੈ, ਯਾਨੀ ਇਤਨੀ ਸੇਵਾ ਦੇ ਵਿੱਚ ਆਪਣੇ ਮਨ ਨੂੰ ਸਰੀਰ ਦੇ ਨਿਰਬਲ ਹੋਣ ਦੇ ਬਾਵਜੂਦ ਵੀ ਆਪਾਂ ਥੋੜ੍ਹੇ ਜਿਹੇ ਥੱਕ ਜਾਂਦੇ, ਜਾ ਕੇ ਪੈ ਜਾਂਦੇ ਹਾਂ। ਮਹਾਰਾਜ ਦੀ ਸੇਵਾ ਯਾਨੀ ਘਰ ਦੀ ਵੀ ਸੇਵਾ ਦਾ ਆਪਾਂ ਕੀ ਕਰਨੀ ਹੈ। ਜੀਵਨ ਦੇ ਵਿੱਚ
ਆਪਾਂ ਜੀਵਨ ਵਿੱਚ ਜਦੋਂ ਥੱਕੇ ਹੁੰਦੇ ਹਾਂ, ਬੱਚਿਆਂ ਨੂੰ ਵੀ ਅਸੀਂ ਕਹਿ ਦਿੰਦੇ ਬੇਟਾ ਅਸੀਂ ਥੱਕ ਗਏ, ਹੁਣ ਸਾਨੂੰ ਸੌਂ ਲੈਣ ਦੇ, ਅਸੀਂ ਬੁੱਢੇ ਹੋ ਗਏ, ਤੂੰ ਸਾਡੀ ਸੇਵਾ ਕਰ। ਪਰ 72 ਸਾਲ ਦੀ ਉਮਰ ਦੇ ਵਿੱਚ ਵੀ ਇਹ ਐਸੀ ਅਵਸਥਾ ਵਿੱਚ ਵੀ ਆਪ ਜੀ ਉੱਦਮ ਕਰਕੇ ਕਹਿੰਦੇ ਕਲਸ ਲੈ ਕੇ ਜਾਂਦੇ ਤੇ ਜਲ ਲੈ ਕੇ ਆਉਂਦੇ। ਤਨ ਕਰ ਕਰ ਹੰਕਾਰ ਸਭ ਸੇਵਾ, ਮਨ ਕਰ ਗੁਰ ਕੋ ਸਦਾ ਸੰਭਾਲ। ਕਹਿ ਤਨ ਕਰਕੇ ਸੇਵਾ ਕਰਦੇ ਅਤੇ ਮਨ ਕਰਕੇ ਜੋ ਗੁਰੂ ਗੁਰ ਦੱਸਦੇ, ਜੁਗਤੀ ਦੱਸਦੇ, ਮਾਲਕ ਦੇ ਨਾਲ ਜੁੜਨ ਦੀ ਅਵਸਥਾ ਦੱਸਦੇ, ਉੱਧਰ ਸੁਰਤ ਜੋੜ ਕੇ ਰੱਖਦੇ। ਸੱਚੇ ਪਾਤਸ਼ਾਹ ਆਪਣੇ ਜੀਵਨ ਦੇ ਵਿੱਚ ਇਉਂ ਬਹੁਤ ਘਾਲ ਕਮਾਈ ਕਮਾਉਂਦਿਆਂ ਹੋਇਆਂ ਇਸ ਗੱਦੀ ਦੇ ਉੱਤੇ ਆਏ, ਜਿਸ ਗੱਦੀ ਦੇ ਉੱਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਭੱਲ ਜੀ ਕਹਿੰਦੇ ਹਨ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ। ਐਸੀ ਅਵਸਥਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਹਿੰਦੇ ਭਾਈ ਬਹੁਤ ਕਠਿਨ ਤਪੱਸਿਆ ਤੋਂ ਬਾਅਦ ਹੀ ਪ੍ਰਾਪਤ ਹੋਈ ਹੈ। ਕੇਤਕ ਨਰ ਜਬ ਮਿਲੇ ਆਨ ਕਰ, ਬੂਝੈ ਸਦਨ ਆਪਣੇ ਚਾਲ। ਕਹਿੰਦੇ ਐਸੇ ਵੀ ਭਟਕਾਉਣ ਵਾਲੇ ਬੰਦੇ ਮਿਲ ਵੀ ਜਾਂਦੇ ਨੇ, ਐਸੇ ਕਈ ਹੋਰ ਘਰ ਦੇ ਰਿਸ਼ਤੇਦਾਰ ਆ ਕੇ ਮਿਲੇ, ਕਹਿਣ ਲੱਗੇ ਤੁਸੀਂ ਇਹ ਸਭ ਕੁਛ ਇੱਥੇ ਤਿਆਗ ਕੇ ਬੈਠੇ ਹੋ, ਤੁਸੀਂ ਇੱਥੋਂ ਚੱਲੋ, ਇੱਥੇ ਕੀ ਕਰਨਾ ਆਏ ਹੋ। ਨਿਜ ਬੰਧਵ ਕੋ ਸੁਧ ਲਿਓ ਨੀਕੇ, ਕੁਟੰਬ ਮਿਲੋ ਤੁਝ ਚਾਹਤ ਵਿਸਾਲ। ਕਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਮਿਲੋ, ਉਹਨਾਂ ਦੀ ਸੁਧ ਲਵੋ, ਆਪਣੇ ਕੁਟੰਬ ਨੂੰ ਦੇਖੋ ਚੱਲ ਕੇ, ਤੁਸੀਂ ਉਹ ਸਭ ਕੁਛ ਛੱਡ ਕੇ ਤੁਸੀਂ ਇੱਥੇ ਕਿਉਂ ਬੈਠੇ ਹੋ? ਕਿਉਂ ਇੱਤ ਬੈਠ ਰਹੇ ਹੋ, ਕਿਆ ਲੇਵੇ ਹੈ ਸਾਬਿਦ ਸੰਕਟ ਸਹਾਇ ਕਰਾਲ। ਕਹਿੰਦੇ ਇਤਨੀ ਮੁਸ਼ਕਲ ਨਾਲ ਸੰਕਟ ਵਿੱਚ ਤੁਸੀਂ ਆਪਣੇ ਜੀਵਨ ਨੂੰ ਇੱਥੇ ਬਤੀਤ ਕਰ ਰਹੇ ਹੋ, ਇਹ ਸਭ ਛੱਡ ਕੇ ਤੁਸੀਂ ਚੱਲੋ ਇੱਥੇ ਬੈਠ ਕੇ, ਤੁਸੀਂ ਲੈ ਕੀ ਰਹੇ, ਤੁਸੀਂ ਕਰਦੇ ਕੀ ਹੋ? ਤਿੰਨ ਸੌ ਕਹੇ ਨਾ ਹਮਰਾ ਕੋਈ, ਹਮ ਕਿਸ ਹੂੰ ਕੇ ਨਾ ਹੈ ਕਿਸ ਕਾਲ। ਉਹਨਾਂ ਨੂੰ ਅਮਰਦਾਸ ਸੱਚੇ ਪਾਤਸ਼ਾਹ ਹਾਲੇ ਗੁਰਤਾ ਗੱਦੀ ਦੇ ਮਾਲਕ ਨਹੀਂ ਬਣੇ, ਉਹਨਾਂ ਨੂੰ ਸਮਝਾ ਰਹੇ ਨੇ, ਕਹਿਣ ਲੱਗੇ ਭਾਈ ਮੇਰਾ ਤੁਹਾਡੇ ਨਾਲ ਕੀ ਲੈਣਾ ਦੇਣਾ, ਮੈਂ ਤਾਂ ਇਹ ਇੱਥੇ ਸੇਵਾ ਕਰਨ ਆਇਆ, ਗੁਰੂ ਮਹਾਰਾਜ ਦੇ ਦਰ ਤੋਂ ਬਿਨਾਂ ਮੇਰਾ ਹੋਰ ਕੋਈ ਰਿਸ਼ਤਾ ਨਹੀਂ। ਤੁਸੀਂ ਖਿਆਲ ਕਰੋ, ਆ ਜਿਨ੍ਹਾਂ ਨੂੰ ਆਪਣੇ ਆਪਣੇ ਬੱਚੇ ਸਮਝਦੇ ਆ, ਮਹਾਰਾਜ ਕਹਿੰਦੇ ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤੇ ਗੁਰ ਚੇਲੇ ਹੋਏ, ਆਪਾਂ ਇਹ ਨਾ ਸਮਝੋ ਕਿ ਆਪਣੇ ਬੱਚੇ ਨੇ ਇਹ, ਆਪਾਂ ਇਹ ਸਮਝਦੇ ਹਾਂ ਕਿ ਬਸ ਆਪਣੇ ਹੀ ਬੱਚੇ ਨੇ, ਤੋਂ ਬਿਨਾਂ ਆਪਣਾ ਜੀਵਨ ਦੇ ਵਿੱਚ ਹੋਰ ਗੁਜ਼ਾਰਾ ਹੀ ਨਹੀਂ ਹੋਣਾ। ਸੱਚੇ ਪਾਤਸ਼ਾਹ ਕਹਿੰਦੇ ਹਨ ਭਾਈ ਐਸੇ ਵੀ ਬੱਚੇ ਹੁੰਦੇ ਨੇ ਜਿਹਨੇ ਮਾਤਾ ਪਿਤਾ ਗੁਜ਼ਰ ਜਾਂਦੇ ਨੇ ਬਚਪਨ ਤੋਂ ਹੀ, ਉਹ ਵੀ ਪਲਦੇ ਨੇ, ਵੱਡੇ ਹੁੰਦੇ ਨੇ। ਮਹਾਰਾਜ ਕਹਿੰਦੇ ਮੋਹ ਵਿੱਚ ਨਹੀਂ ਪੈਣਾ, ਮਹਾਰਾਜ ਮੋਹ ਦਾ ਤਿਆਗ ਕਰਕੇ ਇੱਥੇ ਸੇਵਾ ਵਿੱਚ ਹਾਜ਼ਰ ਹਨ। ਅਤੇ ਸੱਚੇ ਪਾਤਸ਼ਾਹ ਅਮਰਦਾਸ ਸੱਚੇ ਪਾਤਸ਼ਾਹ ਉਹਨਾਂ ਨੂੰ ਸਮਝਾ ਰਹੇ ਨੇ ਕਿ ਭਾਈ ਮੇਰਾ ਇਹਨਾਂ ਨਾਲ ਕਿਸੇ ਕੁਟੰਬ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਿਸੇ ਵੀ ਸਮੇਂ। ਜਿਮ ਪਰਵਾਹ ਮੈਂ ਤ੍ਰਿਣ ਮਿਲ ਜਾਵਾਂ, ਤਥਾ ਮੇਲ ਸਭ ਕੋ ਸਭ ਨਾਲ। ਕਹਿੰਦੇ ਜਿਵੇਂ ਨਦੀ ਦਾ ਪ੍ਰਵਾਹ ਹੋਵੇ, ਵਹਿੰਦਾ ਹੋਵੇ, ਉਹਦੇ ਵਿੱਚ ਕੋਈ ਤਿਨਕਾ ਡਿੱਗ ਪਵੇ, ਤਿਨਕਾ ਵਿੱਚ ਪੈ ਜਾਵੇ ਤੇ ਪ੍ਰਵਾਹ ਨਾਲ ਹੀ ਤੁਰ ਪੈਂਦਾ, ਉਹ ਨਹੀਂ ਦੇਖਦਾ ਪਿੱਛੇ ਫੇਰ। ਕਹਿੰਦੇ ਆਏ ਜਿਹੜਾ ਰੱਬ ਦਾ ਘਰ ਹੈ ਇਹ ਪ੍ਰਵਾਹ ਹੈ, ਇਹਦੇ ਨਾਲ ਜਿਹੜਾ ਵੀ ਮੇਲ ਕਰ ਲੈਂਦਾ ਫਿਰ ਇਹ ਦੂਜਿਆਂ ਨੂੰ ਵੀ ਨਾਲ ਲੈ ਕੇ ਤੁਰ ਪੈਂਦਾ ਹੈ। ਉਤਰਨ ਪਾਰ ਤਰੇ ਪਰ ਮੇਲਾ, ਪੁਨ ਬਿਸ਼ਰ ਹੈ ਨਹ ਕਰੇ ਸੰਭਾਲ। ਕਹਿੰਦੇ ਜਿਵੇਂ ਇੱਕ ਨਦੀ ਦੇ ਕਿਨਾਰੇ ਕਿਸ਼ਤੀ ਦੇ ਵਿੱਚ ਆਏ ਹੋਏ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਉਤਰਦੇ ਨੇ ਕਿਨਾਰੇ 'ਤੇ, ਇਕੱਠੇ ਤਾਂ ਹੋ ਜਾਂਦੇ ਨੇ ਇੱਕ ਜਗ੍ਹਾ, ਪਰ ਫਿਰ ਆਪਣੇ ਆਪਣੇ ਘਰਾਂ ਨੂੰ ਆਪਣੇ ਆਪਣੇ ਕੰਮਾਂ 'ਤੇ ਤੁਰ ਜਾਂਦੇ, ਫਿਰ ਕੋਈ ਇੱਕ ਦੂਜੇ ਨੂੰ ਕੋਈ ਨਹੀਂ ਸੰਭਾਲਦਾ। ਆਏ ਜੀਵਨ ਦੀ ਇਹ ਯਾਤਰਾ ਹੈ। ਆਏ ਪਾਹਨੂ ਨਿਸ ਬਿਸਰਮ ਹੈ ਹੋਤ ਪਰਾਤ ਮਾਰ ਕੋ ਚਾਲ। ਕਹਿੰਦੇ ਜਿਵੇਂ ਪ੍ਰਾਹੁਣਾ ਸਵੇਰੇ ਆਪਣੀ ਰਾਤ ਕੱਟਣ ਵਾਸਤੇ ਸਵੇਰੇ ਸਵੇਰੇ ਨਿਕਲ ਪੈਂਦਾ, ਘਰ ਛੱਡ ਜਾਂਦਾ, ਫਿਰ ਕਹਿੰਦੇ ਭਾਈ ਉਹ ਆਪਣੇ ਰਾਸਤੇ ਤੁਰ ਪੈਂਦਾ, ਰਾਤ ਨੂੰ ਆਇਆ, ਰਾਤ ਕੱਟੀ ਤੇ ਸਵੇਰੇ ਸਵੇਰੇ ਉਹ ਤੁਰ ਪਿਆ। ਇਵੇਂ ਜੇਕਰ ਆਪਣਾ ਜੀਵਨ ਦਾ ਇੱਕ ਸਫ਼ਰ ਹੈ ਭਾਈ, ਇਹ ਸਭ ਆਪਣੇ ਆਪਣੀ ਜ਼ਿੰਦਗੀ ਦਾ ਇੱਕ ਰਾਤ ਕੱਟਣ ਆਉਂਦੇ ਨੇ, ਜਿਉਂ ਜਿਉਂ ਉਹਨਾਂ ਦਾ ਫਿਰ ਸਰੀਰ ਛੁੱਟਦਾ, ਜਾਗਦੇ ਨੇ, ਉੱਧਰ ਨੂੰ ਜਾਗ ਪੈਂਦੇ ਨੇ, ਫਿਰ ਉਹ ਸੰਸਾਰ ਛੱਡ ਕੇ ਚਲੇ ਜਾਂਦੇ ਨੇ।
ਮਹਾਰਾਜ ਕਹਿੰਦੇ ਆਏ ਸੰਸਾਰ ਦੀ ਕਿਰਿਆ ਬਣੀ ਹੋਈ ਹੈ। ਅਬ ਮੇਰੇ ਸਤਿਗੁਰ ਹੈ ਸਭ ਕਿਛ ਸਾਧਨ ਕੁਟੰਬ ਪਿਤਾ ਯਾਰ ਮਾਤ। ਕਹਿੰਦੇ ਹੁਣ ਤਾਂ ਮੇਰੇ ਘਰ ਵੀ ਮੇਰਾ ਪਿਤਾ ਤੇ ਮਾਤਾ ਸਤਿਗੁਰ ਆਪ ਨੇ, ਗੁਰੂ ਅੰਗਦ ਪਾਤਸ਼ਾਹ ਜੀ ਆਪ ਨੇ, ਇਹਦੇ ਬਿਨਾਂ ਹੁਣ ਮੇਰਾ ਕੋਈ ਨਹੀਂ ਹੈ। ਅਬ ਮੈਂ ਇਹੀ ਸਹਾਇਕ ਹੂੰ ਹੈ ਅੰਤ ਕੋ ਰਹਿ ਏਕਲ ਜਹ ਕੋਈ ਨਾ ਜਾਤ। ਕਹਿੰਦੇ ਹੁਣ ਇਹੀ ਮੇਰੇ ਅੰਤ ਵੇਲੇ ਸਹਾਈ ਹੋਣੇ ਹਨ। ਜਿਸ ਵੇਲੇ ਬੰਦਾ ਕੱਲਾ ਜਾਂਦਾ ਨਾ, ਫਿਰ ਕੋਈ ਇਹਨਾਂ ਤੋਂ ਬਿਨਾਂ ਨਾਲ ਨਹੀਂ ਰਹਿੰਦਾ। ਕਹਿੰਦੇ ਭਾਈ ਗੁਰੂ ਤੇ ਸਿੱਖ ਦਾ ਐਸਾ ਨਾਤਾ ਹੈ, ਜੈ ਮਾਰਗ ਇਹ ਜਾਤ ਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ। ਐਸਾ ਨਾਮ ਹੁਣ ਸਦਾ ਤੇ ਆਈਏ ਜੀਵਨ ਦੇ ਵਿੱਚ ਆਪਣੇ ਆਪ ਨੂੰ ਐਸਾ ਮਾਲਕ ਦੇ ਚਰਨਾਂ ਵਿੱਚ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਜੋੜ ਰੱਖਿਆ ਅਤੇ ਲੋਕਾਂ ਨੂੰ ਸਮਝਾ ਰਹੇ ਨੇ ਕਿ ਭਾਈ ਹੁਣ ਗੁਰੂ ਤੋਂ ਬਿਨਾਂ ਮੇਰਾ ਹੋਰ ਕੋਈ ਨਹੀਂ ਹੈ, ਮੇਰੇ ਨਾਲ ਚੱਲਣ ਵਾਲਾ ਕੇਵਲ ਗੁਰੂ ਹੀ ਹੈ, ਗੁਰੂ ਦੀ ਸਿੱਖਿਆ ਹੀ ਹੈ, ਗੁਰੂ ਦੀ ਵਿਚਾਰ ਹੀ ਹੈ, ਗੁਰੂ ਦੀ ਕਿਰਪਾ ਹੀ ਹੈ ਮੇਰੇ ਨਾਲ ਤੁਰਨ ਵਾਲੀ, ਹੋਰ ਮੇਰੇ ਬੱਚਿਆਂ ਨੇ। ਕਹਿੰਦੇ ਭਾਈ ਇਹ ਤਾਂ ਜੀਵਤ ਲਉ ਵਿਹਾਰ ਹੈ, ਜਗ ਕੋ ਤੁਮ ਜਾਣੋ ਨਾਨਕ ਹਰ ਗੁਣ ਗਾਇ ਲੈ ਸਭ ਸੁਫਨ ਸਮਾਨ। ਬਾਕੀ ਤਾਂ ਸਾਰਾ ਸੁਪਨਾ ਹੈ, ਆਪਾਂ ਜਿੰਨਾ ਵਾਸਤੇ ਕਰਦੇ ਹਾਂ ਨਾ ਜੀ, ਆਪਾਂ ਚੋਰੀ ਚਾਰੀ ਯਾਰੀ ਕਰਕੇ ਕਿਵੇਂ ਪਿੱਛੇ ਪੈਸੇ ਝੂਠ ਬੋਲ ਬੋਲ ਕੇ ਇਕੱਠੇ ਕਰਕੇ ਪੈਸੇ ਲਿਆਉਣੇ ਆ, ਇਹੀ ਬੱਚੇ ਫਿਰ ਅੰਤ ਵੇਲੇ ਛੱਡ ਕੇ ਚਲੇ ਜਾਂਦੇ ਨੇ। ਧਿਆਨ ਇਹ ਪੁੱਛਦੇ ਨਹੀਂ ਹਨ। ਇੱਧਰਲੇ ਦੇਸ਼ਾਂ ਵਿੱਚ ਤਾਂ ਦੇਖਣ ਨੂੰ ਬਹੁਤ ਵਧੀਆ ਮਿਲਦਾ ਕਿ ਭਾਈ ਕੋਈ ਕਿਸੇ ਦਾ ਨਹੀਂ ਹੈ, ਬਜ਼ੁਰਗੀ ਦੇ ਵਿੱਚ ਕੇਵਲ ਸਰਕਾਰਾਂ ਹੀ ਸੰਭਾਲਦੀਆਂ ਨੇ, ਬੱਚੇ ਨਹੀਂ ਫਿਰ ਕਿਸੇ ਨੂੰ ਸੰਭਾਲਦੇ। ਜੇ ਚਾਰ ਬੱਚਿਆਂ ਨੂੰ ਇੱਕ ਮਾਤਾ ਪਿਤਾ ਪਾਲਣ ਅਤੇ ਚਾਰ ਬੱਚੇ ਮਿਲ ਕੇ ਮਾਤਾ ਪਿਤਾ ਨੂੰ ਨਹੀਂ ਦੇਖ ਸਕਦੇ, ਸਾਰੀ ਉਮਰ ਨਹੀਂ ਦੇਖ ਸਕਦੇ, ਐਸੀ ਅਵਸਥਾ ਹੋ ਜਾਂਦੀ ਹੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਹਨ ਭਾਈ ਗੁਰਾ ਸਤਿਗੁਰਾਂ ਤੋਂ ਬਿਨਾਂ ਹੁਣ ਮੇਰਾ ਕੋਈ ਨਹੀਂ ਹੈ, ਜਿਸ ਰਾਸਤੇ ਹੁਣ ਮੈਂ ਜਾਣਾ ਹੈ ਮੇਰੇ ਰਾਸਤੇ ਕੇਵਲ ਇਹਨਾਂ ਦੀ ਹੀ ਕਿਰਪਾ, ਇਹਨਾਂ ਦਾ ਹੀ ਸਰੂਪ ਮੇਰੇ ਨਾਲ ਜਾਣਾ ਹੈ ਭਾਈ। ਜੀਵਤ ਪ੍ਰਾਣ ਆਧਾਰ ਇਹੀ ਹੈ, ਬਿਨ ਪਗ ਦੇਖੇ ਕਛੁ ਨਾ ਸੁਹਾਤ। ਕਹਿੰਦੇ ਭਾਈ ਮੇਰਾ ਜੀਵਨ ਤੇ ਪ੍ਰਾਣ ਆਧਾਰ ਮੇਰਾ ਹੁਣ ਇਹੀ ਹੈ, ਸਤਿਗੁਰ ਦਾ ਘਰ ਹੀ ਹੈ। ਕਹਿੰਦੇ ਬਿਨਾਂ ਪੱਗ ਦੇਖੇ, ਹੁਣ ਪੱਗ ਦੇ ਅਰਥ ਆਪਾਂ ਚਰਨ ਕਰਦੇ ਹਾਂ, ਮਹਾਰਾਜ ਕਹਿੰਦੇ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਬਿਨਾਂ ਮਾਲਕ ਦੇ ਸ਼ਬਦਾਂ ਨੂੰ ਦੇਖੇ ਬਿਨਾਂ, ਉਹਨਾਂ ਦੇ ਦਰਸ਼ਨ ਪਾਏ ਬਿਨਾਂ, ਮਾਲਕ ਦੇ ਚਰਨਾਂ ਤੋਂ ਬਿਨਾਂ, ਕਹਿੰਦੇ ਹੁਣ ਮੇਰਾ ਕੋਈ ਦੂਸਰਾ ਜੀਵਨ ਦਾ ਕਹਿੰਦੇ ਆਧਾਰ ਨਹੀਂ ਹੈ। ਕਰਤ ਸੇਵ ਨਿਸ ਦਿਨ ਸ਼੍ਰੀ ਗੁਰ ਕੀ ਅਹੰ ਮੇਵ ਤਜ ਕੈਸਾ ਬਰੀਤ। ਕਹਿੰਦੇ ਹੁਣ ਮੈਂ ਮਹਾਰਾਜ ਦੀ ਸੇਵਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਰੋਜ਼ ਕਰਦੇ ਨੇ। ਸੇਵ ਦਾ ਅਰਥ ਜਾਣਨਾ ਜੀ, ਇੱਕ ਹੁੰਦਾ ਹੈ ਸੇਵਾ, ਇੱਕ ਹੁੰਦੀ ਹੈ ਸੇਵਨਾ। ਸੇਵ ਯਾਨੀ ਜਿਹੜਾ ਬੰਦਾ ਸੇਵਾ ਕਰਦਾ ਹੈ ਅਤੇ ਸੇਵਾ ਕਰਦਾ ਹੈ ਰੱਬ ਨੂੰ ਯਾਦ ਰੱਖਦਾ ਉਹਨੂੰ ਸੇਵਨਾ ਕਹਿੰਦੇ ਨੇ। ਧਿਆਨ ਰੱਖਣਾ ਜੀਵਨ ਦੇ ਵਿੱਚ ਆਪਾਂ ਸੇਵਾ ਤਾਂ ਕਰਦੇ ਹਾਂ ਪਰ ਰੱਬ ਨੂੰ ਭੁਲਾ ਦਿੰਦੇ ਹਾਂ। ਮਹਾਰਾਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇਹ ਜੁਗਤੀ ਹਿਰਦੇ 'ਚ ਵਸਾਈ ਹੋਈ ਹੈ। ਭਾਈ ਸਾਹਿਬ ਕਹਿੰਦੇ ਹਨ, ਕਹਿੰਦੇ ਉਹ ਦਿਨ ਰਾਤ ਉਸ ਮਾਲਕ ਦੀ ਕਹਿੰਦੇ ਕਰਤ ਸੇਵ ਨਿਸ ਦਿਨ ਸ਼੍ਰੀ ਗੁਰ ਕੀ, ਕਹਿੰਦੇ ਜੋ ਗੁਰੂ ਉਸ ਉਹਨਾਂ ਨੂੰ ਦੱਸਦੇ ਹਨ ਉਹ ਬਚਨ ਕਮਾਉਂਦੇ ਨੇ ਅਤੇ ਰੱਬ ਨੂੰ ਯਾਦ ਰੱਖਦੇ ਨੇ। ਕਹਿੰਦੇ ਆਪਣੇ ਅੰਦਰੋਂ ਹਮਵ ਤਾਜ ਕੇ ਹੰਕਾਰ ਤਜ ਕੇ, ਕਹਿੰਦੇ ਸਾਰੀਆਂ ਰੀਤੀਆਂ ਹੋਰ ਸਭ ਛੱਡ ਕੇ, ਦਿਨ ਪ੍ਰਦ ਅਦਕ ਅਦਕ ਹੀ ਸੇਵ ਹੈ ਕਰਤ ਚੌਂਪ ਯਤ ਉਪਯਤ ਚੀਤ। ਚੌਂਪ ਕਹਿੰਦੇ ਨੇ ਬੜੇ ਸ਼ੌਂਕ ਦੇ ਨਾਲ, ਕਹਿੰਦੇ ਹੁਣ ਨਿਤਾ ਪ੍ਰਤੀ ਸੇਵ ਕਮਾ ਰਹੇ ਨੇ, ਰੱਬ ਨੂੰ ਯਾਦ ਕਰਦੇ ਨੇ, ਸੇਵਾ ਨਹੀਂ ਛੱਡ ਰਹੇ। ਸਿੱਖ ਦੀ ਇੱਕ ਬਹੁਤ ਸੁੰਦਰ ਰੱਬ ਨੂੰ ਯਾਦ ਕਰਨ ਦੀ ਕਿਰਿਆ ਗੁਰੂ ਮਹਾਰਾਜ ਨੇ ਦੱਸੀ ਹੈ। ਮਹਾਰਾਜ ਕਹਿੰਦੇ ਭਾਈ ਸਤਿਗੁਰ ਕੀ ਐਸੀ ਵਡਿਆਈ ਪੁੱਤਰ ਕਲੱਤਰ ਵਿੱਚੇ ਗਤ ਪਾਈ। ਮਹਾਰਾਜ ਕਹਿੰਦੇ ਭਾਈ ਜੀਵਨ ਦੇ ਵਿੱਚ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਕਹਿੰਦੇ ਕਰਮ ਕਰਦਿਆਂ ਹੋਇਆਂ ਰੱਬ ਨੂੰ ਯਾਦ ਰੱਖਣਾ, ਐਸੀ ਬਿਰਤੀ ਬਣਾਉਣੀ। ਗੁਰੂ ਮਹਾਰਾਜ ਕਹਿੰਦੇ ਭਾਈ ਹੁਣ ਮੈਂ ਮਹਾਰਾਜ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਨਿਤਾ ਪ੍ਰਤੀ ਸੇਵਨਾ ਕਮਾ ਰਹੇ ਨੇ, ਸੇਵਾ ਕਰ ਰਹੇ ਨੇ ਅਤੇ ਨਾਲੇ ਰੱਬ ਨੂੰ ਯਾਦ ਕਰ ਰਹੇ ਨੇ ਦਿਨਾਂ ਨਿਤਾ ਪ੍ਰਤੀ, ਇਹ ਚਾਉ ਵੱਧਦਾ ਜਾ ਰਿਹਾ ਹੈ। ਸੁਣ ਹੈ ਨਾ ਭਨ ਹੈ ਨਾ ਆਨ ਬੈਨ ਮਨ ਗਿਣ ਹੈ ਨਾ ਗਿਣਤੀ ਕੁਛ ਵਿਪਰੀਤ। ਕਹਿੰਦੇ ਹੁਣ ਕਿਸੇ ਦੀ ਹੋਰ ਦੀ ਗੱਲ ਨਹੀਂ ਸੁਣਦੇ, ਜੋ ਮਰਜ਼ੀ ਕੋਈ ਬੋਲੀ ਜਾਵੇ, ਕਹਿੰਦੇ ਭਾਈ ਨਾ ਹੁਣ ਕਿਸੇ ਦੀ ਗੱਲ ਸੁਣਦੇ ਨੇ ਅਤੇ ਨਾ ਕਿਸੇ ਦੇ ਭਾਈ ਕਿਸੇ ਨੂੰ ਗਣਦੇ ਨੇ, ਕਿਸੇ ਦੀ ਗੱਲ ਨੂੰ ਮੰਨਦੇ ਨੇ। ਕਹਿੰਦੇ ਨਿਤਾ ਪ੍ਰਤੀ ਕਹਿੰਦੇ ਜਿਹੜੇ ਲੋਕ ਵਿਪਰੀਤ ਬੋਲਦੇ ਹਨ
ਤਨ ਮਨ ਅਰਪਿਓ ਚਰਨ ਗੁਰੂ ਕੇ ਇਸੀ ਖਿਆਲ ਮੈਂ ਪਰਮ ਅਤੀਤ। ਕਹਿੰਦੇ ਇੱਕੋ ਹੀ ਖਿਆਲ ਹੈ ਬਸ ਪਰਮ ਅਤੀਤ ਦਾ, ਜੀਵਨ ਵਿੱਚ ਜਿੱਥੋਂ ਆਇਆ ਉੱਥੇ ਮਿਲਣਾ, ਅਤੀਤ ਜਾਂ ਭੁੱਲਣਾ ਨਹੀਂ। ਜੀਵਨ ਦੇ ਵਿੱਚ ਬਸ ਇਹੀ ਮਨ ਤਨ ਅਰਪ ਕੇ ਕਹਿੰਦੇ ਭਾਈ ਆਪਣਾ ਜੀਵਨ ਦੀ ਜਿਹੜੀ ਚਾਲ ਹੈ ਗੁਰੂ ਦੇ ਚਰਨਾਂ ਨਾਲ ਜੋੜ ਕੇ ਕਹਿੰਦੇ ਭਾਈ ਚਲਾਏ ਚੱਲ ਰਹੇ ਨੇ। ਪੁਨ ਸੰਮਤ ਦੂਸਰ ਭਾ ਪੂਰਨ ਸ੍ਰੀ ਗੁਰ ਦੀ ਦੂਜੋ ਦੀਨ ਰੁਮਾਲ। ਕਹਿੰਦੇ ਭਾਈ ਹੁਣ ਇੱਕ ਸੰਮਤ ਦੂਜਾ, ਪਹਿਲੀ ਵਾਰ ਵੀ ਮਹਾਰਾਜ ਨੇ ਇੱਕ ਰੁਮਾਲ ਆਪ ਜੀ ਨੂੰ ਡੇਢ ਗਜ ਦਾ ਸਿਰੇ ਪਾਉ ਦਿੱਤਾ। ਹੁਣ ਇੱਕ ਸੰਮਤ ਜਿਵੇਂ ਪੂਰਾ ਹੋਇਆ, ਸੱਚੇ ਪਾਤਸ਼ਾਹ ਜੀ ਨੇ ਇੱਕ ਬਹੁਤ ਸੁੰਦਰ ਮਹਾਰਾਜ ਨੇ ਗੁਰੂ ਅੰਗਦ ਪਾਤਸ਼ਾਹ ਜੀ ਨੇ ਅਮਰਦਾਸ ਜੀ ਨੂੰ ਸਿਰੇ ਪਾਉ ਦੇਣਾ ਕੀਤਾ ਹੈ ਡੇਢ ਕੁ ਗਜ ਦਾ। ਬਖਸ਼ਹਿ ਜਾਨੀ ਸਵਾਮੀ ਕਰ ਕੇ ਸਿਰ ਪਰ ਬਾਂਦਲੀਨ ਤਤਕਾਲ। ਕਹਿੰਦੇ ਉਸੇ ਵੇਲੇ ਬਖਸ਼ ਜਾਣ ਕੇ ਮੇਰੇ ਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਮੈਨੂੰ ਸਿਰੇ ਪਾਉ ਦਿੱਤਾ ਹੈ। ਕਹਿੰਦੇ ਤਤਕਾਲ ਆਪਣੇ ਸੀਸ ਤੇ ਸਜਾ ਲਿਆ ਹੈ। ਬੈਸ ਘੜਤ ਨਿਤ ਪ੍ਰੇਮ ਬਦਲ ਚਿੱਤ ਤਿਉਂ ਤਿਉਂ ਸੇਵਾ ਕਰੇ ਕਿਰਪਾਲ। ਕਹਿੰਦੇ ਭਾਈ ਹੁਣ ਬੈਸ ਘਟਤ ਨੀਤ ਪ੍ਰੇਮ ਬਦਤ ਚੀਤ। ਕਹਿੰਦੇ ਉਮਰ ਤਾਂ ਘਟਦੀ ਹੈ, ਉਮਰ ਘਟ ਰਹੀ ਹੈ, ਪਰ ਪ੍ਰੇਮ ਵਧਾ ਵਧਦਾ ਜਾ ਰਿਹਾ ਹੈ ਸੱਚੇ ਪਾਤਸ਼ਾਹ ਦੇ ਦਿਲ ਵਿੱਚ, ਸੇਵਾ ਕਰ ਰਹੇ ਨੇ ਮਾਲਕ ਦੀ। ਬਸਤਰ ਫੜਤ ਤਨ ਦੁਰਬਲ ਹੋਇਓ ਗੁਰ ਅਨੁਰਾਗ ਧਰੇ ਰੰਗ ਲਾਲ। ਕਹਿੰਦੇ ਤਨ ਤਾਂ ਬੇਸ਼ਕ ਨਿਰਬਲ ਹੋ ਗਿਆ, ਬਸਤਰ ਫੇਰ ਪੜੇ ਬਸਤਰ ਫਟਤ ਤਨ ਦੁਰਬਲ ਹੋਇਓ। ਕਹਿੰਦੇ ਬਸਤਰ ਕਹਿੰਦੇ ਫਟ ਗਏ ਨੇ, ਤਨ ਦੁਰਬਲ ਹੋ ਗਿਆ ਹੈ ਸੇਵਾ ਕਮਾਉਂਦਿਆਂ ਹੋਇਆਂ, ਬਸਤਰਾਂ ਦਾ ਵੀ ਖਿਆਲ ਨਹੀਂ ਹੈ, ਤਨ ਕਹਿੰਦੇ ਦੁਰਬਲ ਹੋਣ ਲੱਗ ਪਿਆ ਹੈ ਆਪ ਜੀ ਦਾ। ਹੋਇਓ ਗੁਰੂ ਅਨੁਰਾਗ, ਕਹਿੰਦੇ ਮਾਲਕ ਦਾ ਪਿਆਰ ਅਨੁਰਾਗ ਵੱਧਦਾ ਗਿਆ ਅੰਦਰ। ਚਰਣ ਅੰਗੂਠੇ ਮਹਿ ਬਿਰਣ ਪਾਕੋ ਨਿਜ ਆਨਣ ਮਹਿ ਰਾਖੈ ਤੌਨ। ਇਹ ਇੱਥੇ ਇਹ ਪ੍ਰਸੰਗ ਇੱਥੋਂ ਇੱਥੇ ਹਰ ਉਪਰੀ ਰਹੇ ਜੀ। ਹਾਂਜੀ। ਤੇਤੀ ਬਰਖ ਮੈਂ ਸ੍ਰੀ ਗੁਰ ਅੰਗਦ ਤ੍ਰਿਤੀ ਡੇਢ ਗਜ ਦੀ ਨੋਹ ਚੀਰ। ਕਹਿੰਦੇ ਹੁਣ ਤੀਸਰੇ ਵਰਸ਼ ਵੀ ਮਹਾਰਾਜ ਨੇ ਡੇਢ ਗਜ ਦਾ ਇੱਕ ਸਿਰ ਪਾ ਹੋਰ ਬਖਸ਼ਿਸ਼ ਕੀਤਾ ਹੈ। ਨਹਿ ਬੋਲਹਿ ਤਿਹ ਸੰਗ ਕਬਹਿ ਕਸ਼ ਬੈਠੇ ਦੂਰ ਕੇ ਹੋ ਮਹਿ ਤੀਰ। ਕਹਿੰਦੇ ਮਹਾਰਾਜ ਦੇ ਕੋਲ ਬਹਿੰਦੇ ਪਰ ਕੁਛ ਬੋਲਦੇ ਨਾ, ਕਹਿੰਦੇ ਨਿਤਾ ਪ੍ਰਤੀ ਆਪਣੀ ਸੁਰਤ ਨੂੰ ਜੋੜ ਕੇ ਰੱਖਦੇ। ਪਾਥ ਚਰਨ ਜੁਗ ਭਏ ਬਿਥਰਨੇ ਫਟੇ ਮਾਸ ਲਾਗੇ ਜਲ ਸੀਰ। ਕਹਿੰਦੇ ਭਾਈ ਹੱਥ ਤੇ ਚਰਨ, ਹੱਥ ਤੇ ਪੈਰ ਠੰਡ ਕਰਕੇ ਫਟ ਗਏ ਨੇ, ਕਹਿੰਦੇ ਜਗ੍ਹਾ ਦੇ ਗਏ ਨੇ। ਕਹਿੰਦੇ ਫੇਰ ਵੀ ਸੱਚੇ ਪਾਤਸ਼ਾਹ ਜੀ ਦੀ ਕਹਿੰਦੇ ਸੇਵਾ ਕਹਿੰਦੇ ਆਪਣੇ ਦਿਲੋਂ ਨਹੀਂ ਛੱਡੀ ਹੈ। ਕਹਿੰਦੇ ਮਾਸ ਲਗੇ ਜਲ ਸੀਰ, ਕਹਿੰਦੇ ਜਿਹੜਾ ਮਾਸ ਹੈ ਨਾ ਚਮੜਾ, ਠੰਡੇ ਜਲ ਨੂੰ ਲੱਗ ਕੇ ਕਹਿੰਦੇ ਭਾਈ ਫਟ ਗਿਆ ਹੈ। ਪਉ ਨਮਨ ਮੈਂ ਫੁਰੇ ਔਰ ਬਿਦ ਇੱਕ ਸੇਵਾ ਕੇ ਤਤ ਪਰ ਤੀਰ। ਕਹਿੰਦੇ ਫੇਰ ਮਨ ਵਿੱਚ ਹੋਰ ਕੋਈ ਖਿਆਲ ਨਹੀਂ ਹੈ, ਸਰੀਰ ਬਿਲਕੁਲ ਸਾਥ ਛੱਡ ਰਿਹਾ, ਯਾਨੀ ਠੰਡ ਕਰਕੇ ਤੁਸੀਂ ਕਦੇ ਖਿਆਲ ਕਰੋ ਬਿਲਕੁਲ ਖੁਸ਼ਕ ਹੋ ਜਾਂਦਾ ਹੈ, ਬੁੱਲ ਫਟਣ ਲੱਗ ਜਾਂਦੇ ਨੇ, ਹੱਥ ਪੈਰ ਫਟਣ ਲੱਗ ਜਾਂਦੇ ਨੇ। ਕਹਿੰਦੇ ਫੇਰ ਵੀ ਕਹਿੰਦੇ ਮਨ ਵਿੱਚ ਰੱਬ ਦੇ ਖਿਆਲ ਤੋਂ ਬਿਨਾਂ ਹੋਰ ਕੁਛ ਨਹੀਂ ਹੈ ਆਪ ਜੀ ਦੇ। ਜਾਮ ਜਾਮ ਨੀ ਜਗ ਹੈ ਅੰਨ ਹੈ ਜਲ ਕੋ ਕਲਸ਼ ਕਰਾਏ ਇਸ਼ਨਾਨ। ਇਤਨੀ ਠੰਡ ਹੋਣ ਦੇ ਬਾਵਜੂਦ ਵੀ ਅੱਧੀ ਰਾਤ, ਧਿਆਨ ਜਾਮ ਜਾਮਨੀ ਦਾ ਅਰਥ ਹੈ ਅੱਧੀ ਰਾਤ, ਕਹਿੰਦੇ ਹਾਲੇ ਜੰਮੀ ਸਾਰੇ ਬਾਕੀ ਸੁੱਤੇ ਪਏ ਨੇ, ਉਸ ਵੇਲੇ ਉੱਠ ਕੇ ਕਹਿੰਦੇ ਫੇਰ ਵੀ ਕਲਸ਼ ਲੈ ਕੇ ਗਾਗਰ ਲੈ ਕੇ ਜਲ ਲੈ ਕੇ ਆ ਰਹੇ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਅੰਗਦ ਪਾਤਸ਼ਾਹ ਜੀ ਦੇ ਇਸ਼ਨਾਨ ਕਰਾਉਣ ਵਾਸਤੇ। ਚਰਨ ਪਖਾਰੇ ਬਸਤਰ ਪਖਾਰੇ ਪੁਨ ਪਰਮੇਸ਼ਰ ਸਿਮਰਨ ਠਾਨ। ਕਹਿੰਦੇ ਮਹਾਰਾਜ ਦੇ ਚਰਨ ਧੋਂਦੇ ਨੇ, ਬਸਤਰ ਧੋਂਦੇ ਨੇ, ਕਹਿੰਦੇ ਫੇਰ ਪੁਨ ਪਰਮੇਸ਼ਰ ਸਿਮਰਨ ਠਾਨ। ਕਹਿੰਦੇ ਉਸ ਉਪਰੰਤ ਮਹਾਰਾਜ ਦੀ ਸੇਵਾ ਕਰਨ ਉਪਰੰਤ ਕਹਿੰਦੇ ਫੇਰ ਸਿਮਰਨ ਵਿੱਚ ਵੀ ਲੱਗੇ ਹੋਏ ਨੇ। ਧਿਆਨ ਰੱਖਣਾ ਜਦੋਂ ਤੁਸੀਂ ਆਪ ਜੀ ਗੋਬਿੰਦਵਾਲ ਸਾਹਿਬ ਜਾਵੋ ਉੱਥੇ ਕਿੱਲੀ ਲੱਗੀ ਹੋਈ ਹੈ, ਮਹਾਰਾਜ ਸਾਰਾ ਸਾਰਾ ਦਿਨ ਸੇਵਾ ਕਰਨੀ, ਰਾਤਰੀ ਵੀ ਸੇਵਾ ਕਰਨ ਵਿੱਚ ਗੁਜ਼ਾਰ ਕਰਨੀ, ਅੰਮ੍ਰਿਤ ਵੇਲੇ ਇਸ਼ਨਾਨ ਪਾਣੀ ਕਰਾਉਣ ਤੋਂ ਬਾਅਦ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਆਪ ਜੀ ਨੇ ਆਪਣਾ ਇਸ਼ਨਾਨ ਪਾਣੀ ਕਰਕੇ ਵਿਆਸਾ 'ਤੇ ਹੀ ਸੱਚੇ ਪਾਤਸ਼ਾਹ ਜੀ ਦਾ ਇਸ਼ਨਾਨ ਕਰਾਉਣ ਤੋਂ ਉਪਰੰਤ ਕਿੱਲੀ ਫੜ ਕੇ ਖੜ੍ਹ ਜਾਣਾ, ਕਿਤੇ ਰਾਤ ਨੂੰ ਮੈਨੂੰ ਨੀਂਦ ਨਾ ਆ ਜਾਏ, ਐਸਾ ਭਜਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਤਪੱਸਿਆ
ਮਹਾਰਾਜ ਨੇ ਕਰਨੀ ਕੀਤੀ ਕਿ ਰੱਬ ਨਾ ਭੁੱਲ ਜੇ। ਐਸੀ ਅਵਸਥਾ ਦੇ ਵਿੱਚ ਬਜ਼ੁਰਗੀ ਦੇ ਵਿੱਚ ਵੀ ਆਪ ਜੀ ਨੇ ਸਿਮਰਨ ਕੀਤਾ, ਬਹੁਤ ਦੇਗ ਹਿੱਤ ਨੀਰ ਘਟਾ ਪਰ ਚਾਹੀਏ ਜੇ ਤਕ ਤਿਤਕ ਦੇ ਆਨ। ਕਹਿੰਦੇ ਆਏ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਵੇਲੇ ਸੇਵਾ ਕਰਨ ਉਪਰੰਤ ਵੀ ਜਿਸ ਵੇਲੇ ਲੰਗਰ ਛਕਣਾ ਸਜਣਾ, ਬਹੁਤ ਦੇਗ ਹਿੱਤ ਨੀਰ ਉਸ ਨੂੰ ਉਹਨਾਂ ਨੂੰ ਵੀ ਜਲ ਉਹ ਚਾਹੀਦਾ ਸੀ ਜਦੋਂ ਲੰਗਰ ਸਜਦਾ ਉਹ ਵੀ ਜਲ ਦੀ ਸੇਵਾ ਆਪ ਹੀ ਕਰਦੇ। ਕਹਿੰਦੇ ਉਹਨਾਂ ਨੂੰ ਵੀ ਜਲ ਦੇ ਕੇ ਕਹਿੰਦੇ ਫੇਰ ਸੇਵਾ ਕਮਾਉਂਦੇ। ਕਹਿੰਦੇ ਆਏ ਸਾਰਿਆਂ ਦੀ ਸੇਵਾ ਕਰਨ ਉਪਰੰਤ ਆਪ ਪੰਗਤੀ ਵਿੱਚ ਪੰਗਤਾਂ ਵਿੱਚ ਸੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਾ, ਐਸੀ ਅਵਸਥਾ ਉਹਨਾਂ ਨੇ ਆਪਣੇ ਮਨ ਚ ਬਣਾਉਣੀ। ਨਹੀਂ ਤਾਂ ਅਕਸਰ ਸੇਵਾਦਾਰ ਪ੍ਰਸ਼ਾਦਾ ਪਾਣੀ ਲੰਗਰ ਤੋਂ ਚੱਕ ਕੇ ਕਮਰਿਆਂ ਚ ਲੈ ਜਾਂਦੇ। ਗੁਰੂ ਮਹਾਰਾਜ ਜੀ ਇੱਥੇ ਸੇਵਾ ਦੀ ਵਿਧੀ ਵੀ ਦੱਸ ਰਹੇ ਨੇ ਕਿ ਭਾਈ ਜਦੋਂ ਤੁਸੀਂ ਸੇਵਾ ਕਰਨ ਆਵੋ ਲੰਗਰ ਦੀ ਵੀ ਸੇਵਾ ਤੁਸੀਂ ਕਰਨ, ਫਿਰ ਚੌਧਰੀ ਨਾ ਬਣ ਜਾਇਓ। ਕਹਿੰਦੇ ਉਹ ਕਰਨ ਉਪਰੰਤ ਵੀ ਜਿਵੇਂ ਆਮ ਸੰਗਤ ਪ੍ਰਸ਼ਾਦਾ ਛਕਦੀ ਹੈ, ਕਹਿੰਦੇ ਆਏ ਉੱਥੇ ਬੈਠ ਕੇ ਕਹਿੰਦੇ ਤੁਸੀਂ ਪ੍ਰਸ਼ਾਦਾ ਛਕਣਾ। ਕਹਿੰਦੇ ਪਹਿਲਾਂ ਸਮਦਾ ਆਣ ਯਾਨੀ ਲੱਕੜਾਂ ਲੈ ਕੇ ਆਉਣੀਆਂ, ਫਿਰ ਕਹਿੰਦੇ ਭਾਈ ਅੱਗ ਬਾਲਣੀ, ਅੱਗ ਬਾਲਣ ਤੋਂ ਬਾਅਦ ਸੇਵਾ ਕਮਾਉਣ ਤੋਂ ਬਾਅਦ ਆਪ ਲੰਗਰ ਦੀ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਾ। ਆਦਰ ਸੁਧਾਰ ਹੈ ਸਤਿਗੁਰ ਕੇ ਸਭ ਗਰਮੀ ਵਿਖੇ ਸੁਹਾਕੇ ਪਾਉਣ। ਫਿਰ ਮਹਾਰਾਜ ਦੇ ਬਰਤਨ ਧੋਣੇ, ਕਹਿੰਦੇ ਭਾਈ ਗਰਮੀ ਦੇ ਵਿੱਚ ਪੱਖਾ ਚੱਲਣਾ, ਇਹ ਸਾਰੀ ਸੇਵਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਵੀ ਜੀ ਕਹਿੰਦੇ ਭਾਈ ਮਹਾਰਾਜ ਆਪ ਅੰਗ ਅਮਰਦਾਸ ਸੱਚੇ ਪਾਤਸ਼ਾਹ ਅੰਗਦ ਪਾਤਸ਼ਾਹ ਦੇ ਦਰ ਤੇ ਬੈਠ ਕੇ ਕਰ ਕਰਦੇ ਕਮਾਉਂਦੇ ਰਹੇ। ਜਬ ਜਲ ਪਾਨ ਕਰਹਿ ਲੈ ਆਵਹਿ ਸੇਜ ਸੁਧਾਰਹਿ ਹਿਤ ਗੁਰ ਸਾਉਣ। ਕਹਿੰਦੇ ਪਾਉਣ ਸਾਉਣ ਫਿਰ ਗੁਰੂ ਮਹਾਰਾਜ ਕਹਿੰਦੇ ਫਿਰ ਜਿਸ ਵੇਲੇ ਗੁਰੂ ਮਹਾਰਾਜ ਨੂੰ ਪ੍ਰਸ਼ਾਦਾ ਪਾਣੀ ਛਕਾ ਦੇਣਾ ਤੇ ਉਸ ਵੇਲੇ ਗੁਰੂ ਮਹਾਰਾਜ ਦਾ ਬਿਸਤਰਾ ਸੌਣ ਵਾਸਤੇ ਆਰਾਮ ਕਰਨ ਵਾਸਤੇ ਉਹ ਵੀ ਤਿਆਰ ਕਰਕੇ ਰੱਖਣਾ। ਗੁਰੂ ਮਹਾਰਾਜ ਜੀ ਦੇ ਐਸੀ ਸੇਵਾ ਵਿੱਚ ਮਹਾਰਾਜ ਅਮਰਦਾਸ ਸੱਚੇ ਪਾਤਸ਼ਾਹ ਲੱਗੇ ਰਹੇ ਭਾਈ। ਸਿੱਖ ਇਉਂ ਭਣਤ ਅਪਰ ਜੇ ਨਰ ਹੈ ਬਹੁ ਵਿਦ ਕੇ ਠਾਨ ਹੈ ਉਪਹਾਸ। ਕਹਿੰਦੇ ਭਾਈ ਇੰਨੀ ਸੇਵਾ ਕਰਨ ਦੇ ਬਾਵਜੂਦ ਵੀ ਜਿਹੜੇ ਸਿੱਖ ਹੁੰਦੇ ਸਨ ਨਾ ਸਿੱਖ, ਉਹ ਮਹਾਰਾਜ ਦਾ ਠੱਠਾ ਉਡਾਉਂਦੇ, ਮਜ਼ਾਕ ਉਡਾਉਂਦੇ ਕਿ ਭਾਈ ਇਹ ਮਹਾਰਾਜ ਕਿਉਂ ਕਹਿੰਦੇ ਕਿ ਆਪਣਾ ਘਰ ਬਾਰ ਛੱਡ ਕੇ ਦੇਖੋ ਇੱਥੇ ਤੁਰੇ ਫਿਰਦੇ ਨੇ। ਗੁਰੂ ਮਹਾਰਾਜ ਦੇ ਸੇਵਾ ਦੇ ਵਿੱਚ ਇਹ ਕਿਉਂ ਆਏ ਨੇ, ਇਹਨਾਂ ਨੂੰ ਆਪਣਾ ਘਰ ਬਾਰ ਛੱਡਣ ਦੀ ਕੀ ਲੋੜ ਪੈ ਗਈ। ਘਰ ਤੇ ਮਨੋ ਨਿਕਾਸਿਓ ਕਿਸਨੇ ਦਰਬ ਨਹੀਂ ਕੁਛ ਇਸਕੇ ਪਾਸ। ਕਹਿੰਦੇ ਇਸ ਵਾਸਤੇ ਆਏ ਨੂੰ ਘਰੋਂ ਕਿਸੇ ਨੇ ਕੱਢਤਾ, ਇਹਨਾਂ ਨੂੰ ਘਰੋਂ ਕੱਢਤਾ, ਇਹਨਾਂ ਕੋਲ ਪੈਸੇ ਨਹੀਂ ਹਨ। ਕੋਈ ਪੈਸੇ ਨਾ ਹੋਣ ਕਾਰਨ ਇਹ ਗਰੀਬੀ ਹਾਲਤ ਵਿੱਚ ਹੈ, ਇਹ ਭਟਕਦੇ ਭਟਕਦੇ ਫਿਰ ਇੱਥੇ ਆ ਗਏ, ਇਹਨਾਂ ਨੂੰ ਹੋਰ ਤਾਂ ਕੋਈ ਜਗ੍ਹਾ ਲੱਭੀ ਨਹੀਂ। ਗੁਰ ਨਿਰਾਸਰੇ ਸੋ ਸੋ ਆਸਰਾ ਇਮ ਲਖ ਆਇਓ ਇਨਹੋ ਆਵਾਸ। ਕਹਿੰਦੇ ਇਹ ਨਿਆਸਰਿਆ ਤੁਰੇ ਫਿਰਦੇ ਰਹੇ, ਇਹਨਾਂ ਨੇ ਦੇਖਿਆ ਕਿ ਗੁਰੂ ਘਰ ਦੇ ਵਿੱਚ ਲੰਗਰ ਪਾਣੀ ਚੱਲਦਾ ਹੈ, ਇਹ ਆਸਰਾ ਸਮਝ ਕੇ ਇਹ ਆਸਰਾ ਲੈ ਲਿਆ, ਇਹਨਾਂ ਨੂੰ ਤਾਂ ਹੋਰ ਕੋਈ ਜਗ੍ਹਾ ਨਹੀਂ ਲੱਭੀ। ਐਂ ਲੋਕ ਮਜ਼ਾਕ ਉਡਾਉਂਦੇ। ਧਿਆਨ ਰੱਖਣਾ ਸੇਵਾ ਕਰਨੀ ਕੋਈ ਸੌਖੀ ਨਹੀਂ ਹੈ ਭਾਈ, ਧਿਆਨ ਜਦੋਂ ਸੇਵਾ ਕਰਦੇ ਹੁੰਦੇ ਹਾਂ। ਅੱਗੇ ਰਾਮਦਾਸ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਵੀ ਜ਼ਿਕਰ ਆਉਣਾ, ਕਹਿੰਦੇ ਭਾਈ ਉਹਨਾਂ ਦੇ ਵੀ ਰਿਸ਼ਤੇਦਾਰਾਂ ਨੇ ਆ ਕੇ ਇਵੇਂ ਜ਼ਿਕਰ ਐਸੀਆਂ ਗੱਲਾਂ ਕਰੀਆਂ ਨੇ, ਉਹ ਜ਼ਿਕਰ ਆਊਗਾ ਅੱਗੇ। ਸੋ ਕਹਿਣ ਦਾ ਭਾਵ ਸਮਝਣਾ ਕਿ ਜਦੋਂ ਆਪਾਂ ਸੇਵਾ ਕਰਨ ਆਉਂਦੇ ਹਾਂ ਤਾਂ ਲੋਕ ਲਾਜ ਸਾਡੇ ਸਿਰ 'ਤੇ ਬਣੀ ਰਹਿੰਦੀ ਹੈ, ਸਾਡੇ ਮਨ 'ਚ ਇਹ ਰਹਿੰਦਾ ਹੈ ਕਿ ਲੋਕ ਕੀ ਕਹਿਣਗੇ। ਅੱਜ ਕੱਲ੍ਹ ਤਾਂ ਤੁਸੀਂ ਦੇਖੋ, ਪਹਿਲਾਂ ਤਾਂ ਬਜ਼ੁਰਗਾਂ ਦੇ ਵਿੱਚ ਬੜੀ ਸੇਵਾ ਦਾ ਭਾਵ ਹੁੰਦਾ ਸੀ ਕਿ ਆਪ ਸਵੇਰੇ ਸਵੇਰੇ ਉੱਠ ਕੇ ਲੰਗਰ ਵਿੱਚ ਜਾ ਕੇ ਸੇਵਾ ਕਰਨੀ। ਅੱਜ ਕੱਲ੍ਹ ਤਾਂ ਸੂਟ ਐਸੇ ਪਾਏ ਹੁੰਦੇ ਨੇ, ਐਸੇ ਆਪਣੇ ਕੱਪੜੇ ਪਾਏ ਹੁੰਦੇ ਨੇ ਕਿ ਆਪਾਂ ਲੰਗਰ ਵਿੱਚ ਹੀ ਨਹੀਂ ਵੜਦੇ ਕਿ ਕੱਪੜੇ ਨਾ ਖਰਾਬ ਹੋ ਜਾਣ, ਸਾਡੇ ਕੱਪੜਿਆਂ ਨੂੰ ਦਾਗ ਨਾ ਲੱਗ ਜੇ। ਕਹਿੰਦੇ ਭਾਈ ਐਸੀ ਅਵਸਥਾ ਜੀਵਨ ਦੇ ਵਿੱਚ ਮਹਾਰਾਜ ਨੇ ਸਾਨੂੰ ਸੇਵਾ ਦੀ ਦਰਸਾਉਣੀ ਕੀਤੀ ਹੈ ਕਿ ਵਸਤਰ ਵੀ ਫਟ ਗਏ, ਵਸਤਰ ਤਾਂ ਬਹੁਤ ਦੂਰ ਦੀ ਗੱਲ ਰਹੀ, ਹੱਥ ਪੈਰ ਵੀ ਫਟ ਗਏ ਭਾਈ, ਆਖੋ ਸਤਨਾ ਹੱਥ ਪੈਰ ਵੀ ਠੰਡ ਵਿੱਚ ਫਟ ਗਏ। ਕਹਿੰਦੇ ਉਸ ਵੇਲੇ ਵੀ ਮਹਾਰਾਜ ਦੀ ਸੇਵਾ ਨਹੀਂ ਛੱਡੀ, ਲੋਕ ਮਜ਼ਾਕ ਉਡਾ ਰਹੇ ਨੇ ਕਿ ਇਹਨਾਂ ਦਾ ਘਰ ਬਾਰ ਛੁੱਟ ਚੁੱਕਾ, ਇਹਨਾਂ ਕੋਲ ਪੈਸੇ ਤਾਂ ਹੈ ਨਹੀਂ, ਅਤੇ ਇਹ ਹੁਣ ਗੁਰੂ ਮਹਾਰਾਜ ਦੇ ਦਰ ਦੇ ਉੱਤੇ ਕੋਈ ਆਸਰਾ ਲੱਭਿਆ ਨਹੀਂ ਅਤੇ ਇਸ ਆਸਰੇ ਦੇ ਉੱਤੇ ਆ ਕੇ ਟਿਕ ਗਏ ਹੁਣ।
ਬਸ ਰੋਟੀਆਂ ਖਾਣ ਦਾ ਇਹਨਾਂ ਦਾ ਕੰਮ ਹੈ। ਐਸਾ ਵੀ ਲੋਕ ਮਜ਼ਾਕ ਉਡਾ ਰਹੇ ਨੇ, ਟੁਕੜੇ ਖਾਣ ਰਹੇ ਹੋ ਪਰ ਕਹਿ ਇਹ ਸਭ ਨੂੰ ਤਿਆਗਿਓ ਭਇਓ ਨਿਰਾਸ਼। ਕਹਿੰਦੇ ਸਭ ਨੇ ਤਿਆਗ ਦਿੱਤਾ ਨਿਰਾਸ਼ ਹੋ ਕੇ ਟੁਕੜੇ ਖਾਣ ਵਾਸਤੇ ਆ। ਕਹਿੰਦੇ ਭਾਈ ਇਹ ਰੋਟੀਆਂ ਖਾਣ ਵਾਸਤੇ ਇਸ ਦਰ ਤੇ ਆ ਗਏ, ਨਹੀਂ ਤਾਂ ਇੱਥੇ ਆਉਣ ਦੀ ਕੀ ਲੋੜ ਸੀ। ਐਂ ਖਿਆਲ ਕਰਕੇ ਲੋਕਾਂ ਨੇ ਬੜੇ ਠੱਠੇ ਉਡਾਏ, ਬੜੇ ਮਜ਼ਾਕ ਕੀਤੇ ਹਨ। ਫਿਰ ਇਨ ਥਾਵਾਂ ਥਾਮ ਨਾ ਪਾਵੇ ਹੈ, ਅਹੇ ਨਿਮਾਣਾ ਮਾਣ ਨਾ ਕਾਏ। ਕਹਿੰਦੇ ਇਹ ਨਿਥਾਵਾਂ ਫਿਰਦਾ ਰਿਹਾ, ਕੋਈ ਜਗ੍ਹਾ ਤਾਂ ਲੱਭੀ ਨਹੀਂ ਇਹਨਾਂ ਨੂੰ। ਕਹਿੰਦੇ ਇਹਨੂੰ ਕਿਸੇ ਨੇ ਮਾਣ ਸਤਿਕਾਰ ਦਿੱਤਾ ਨਹੀਂ ਹੈ, ਕਹਿੰਦੇ ਇਹਨੂੰ ਹੋਰ ਕੋਈ ਕਿਤੇ ਜਗ੍ਹਾ ਇਹਨੂੰ ਠਾਰ ਨਾ ਮਿਲੀ। ਇਹ ਹੁਣ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਭਾਈ ਐਸੇ ਗੱਲਾਂ ਲੋਕਾਂ ਦੀਆਂ ਸਹਿ ਰਹੇ ਨੇ, ਲੋਕ ਕਰ ਰਹੇ ਨੇ ਮਹਾਰਾਜ ਨਾਲ, ਪਰ ਮਹਾਰਾਜ ਭਾਈ ਇਹ ਸਾਰੇ ਬਚਨ ਸੁਣਦਿਆਂ ਹੋਇਆ ਉਹਨਾਂ ਦੀ ਅਵਸਥਾ ਕੈਸੀ ਹੈ ਉਹ ਦੱਸਣਗੇ ਕਵੀ ਜੀ। ਰੈਣ ਦਿਵਸ ਇਤ ਉਤ ਕੋ ਵਿਚਰਤ ਸਭ ਕੇ ਆਗੇ ਸੇਵ ਕਮਾਏ। ਕਹਿੰਦੇ ਐਸੀ ਅਵਸਥਾ ਕਹਿੰਦੇ ਦਿਨ ਰਾਤ ਹੀ ਤੁਰਿਆ ਫਿਰਦਾ ਰਹਿੰਦੇ, ਤੇ ਜਿਹੜਾ ਵੀ ਕੋਈ ਕਹਿੰਦਾ ਆਹ ਕੰਮ ਕਰਦੇ ਉਸੇ ਵੇਲੇ ਉਹਦਾ ਤਤਪਰ ਕੰਮ ਕਰ ਦਿੰਦੇ ਨੇ, ਸਭ ਦਾ ਹੁਕਮ ਮੰਨੀ ਜਾਂਦੇ ਨੇ। ਐਸੀ ਇਹਨਾਂ ਦੀ ਅਵਸਥਾ ਬਣੀ ਹੋਈ ਹੈ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ। ਕਵੀ ਜੀ ਕਹਿ ਰਹੇ ਨੇ ਲੋਕ ਮਜ਼ਾਕ ਉਡਾ ਰਹੇ ਨੇ ਐਸਾ। ਇੱਕ ਆਹਾਰ ਕੋ ਅਚਮਨ ਕਰਹੀ ਅਵਰ ਵਖਤ ਕਿਸ ਹੱਥ ਨਾ ਆਏ। ਕਹਿੰਦੇ ਕੇਵਲ ਹੁਣ ਇੱਥੇ ਇੰਨਾ ਕੁਛ ਕਰਨ ਦੇ ਬਾਅਦ ਵੀ ਕੇਵਲ ਰੋਟੀ ਆਹਾਰ ਵਾਸਤੇ ਧਿਆਨ ਰੱਖਣਾ ਇਹ ਕੰਮ ਕਰ ਰਹੇ। ਕਹਿੰਦੇ ਇਸ ਤੋਂ ਬਿਨਾਂ ਇਹਨਾਂ ਦੇ ਹੱਥ ਹੋਰ ਕੁਝ ਨਹੀਂ ਆ ਰਿਹਾ। ਕਹਿੰਦੇ ਕੇਵਲ ਰੋਟੀ ਖਾਂਦੇ ਨੇ ਇੱਥੇ, ਨਾ ਤਨਖਾਹ ਲੈਂਦੇ ਨੇ, ਨਾ ਹੋਰ ਕੋਈ ਕੰਮ ਕਰਦੇ ਨੇ, ਆਪਣਾ ਘਰ ਬਾਰ ਛੱਡਿਆ ਹੋਇਆ ਇਹਨਾਂ ਨੇ। ਤੇ ਕਹਿੰਦੇ ਇਹਨਾਂ ਦੇ ਹੱਥ ਤਾਂ ਹੋਰ ਕੁਛ ਆਉਂਦਾ ਨਹੀਂ ਹੈ, ਯਾਨੀ ਇਹਨਾਂ ਨੂੰ ਹੋਰ ਕੁਛ ਲੱਭਦਾ ਨਹੀਂ, ਕੁਛ ਮਿਲਦਾ ਨਹੀਂ ਹੈ ਇੱਥੇ, ਤਾਂ ਵੀ ਇੱਥੇ ਟਿਕੇ ਹੋਏ ਨੇ। ਐਸੀ ਉਹਨਾਂ ਦੇ ਮਨ ਦੇ ਵਿੱਚ ਕਹਿੰਦੇ ਭਾਈ ਲੋਕਾਂ ਨੇ ਗੱਲਾਂ ਆਪਣੇ ਬਣਾਉਂਦਿਆਂ ਬਣਾਉਂਦਿਆਂ ਗੁਰੂ ਮਹਾਰਾਜ ਨੂੰ ਕੀਤੀਆਂ। ਸਭ ਕੋ ਕਹੇ ਕਰੇ ਔਰ ਡਰ ਪਤ ਨਹੀਂ ਨਿਕਾਸ ਦੇ ਇਸ ਥਾਂ। ਕਹਿੰਦੇ ਜੋ ਵੀ ਕੋਈ ਕਹਿੰਦਾ ਨਾ ਆਹ ਕੰਮ ਕਰਦੇ ਆਹ ਕੰਮ ਕਰਦੇ, ਅਮਰਦਾਸ ਜੀ ਉਹੀ ਕਰੀ ਜਾਂਦੇ। ਕਹਿੰਦੇ ਭਾਈ ਡਰਦਿਆਂ ਹੋਇਆਂ ਲੋਕ ਕਹਿ ਰਹੇ ਨੇ ਕਿ ਡਰਦਿਆਂ ਹੋਇਆਂ ਇਸ ਵਾਸਤੇ ਕਰੇ ਕਿ ਤੇ ਮੈਨੂੰ ਇੱਥੋਂ ਠਿਕਾਣੇ ਤੋਂ ਕੱਢ ਨਾ ਦੇਣ। ਇਹ ਆਪਣੇ ਠਿਕਾਣੇ 'ਤੇ ਟਿਕਣ ਵਾਸਤੇ ਹਰ ਬੰਦੇ ਦੀ ਗੱਲ ਮੰਨੀ ਜਾਂਦੇ ਨੇ, ਜਿਵੇਂ ਕੋਈ ਕਹਿੰਦਾ ਉਸ ਤਰ੍ਹਾਂ ਉਹਦੀ ਗੱਲ ਮੰਨ ਕੇ ਉਹਦੀ ਸੇਵਾ ਕਰੀ ਜਾਂਦੇ ਨੇ। ਕਹਿੰਦੇ ਇਹਨਾਂ ਨੂੰ ਹੋਰ ਕੋਈ ਜਗ੍ਹਾ ਨਹੀਂ ਲੱਭੀ, ਜੇ ਘਰ ਵਿੱਚ ਪੈਸੇ ਹੁੰਦੇ ਇਹਨਾਂ ਦੇ, ਉਹਨਾਂ ਦਾ ਕਹਿਣ ਦਾ ਮਤਲਬ ਆਏ ਇੱਥੇ ਘੁੰਮਦੇ ਫਿਰਦੇ ਨਾ, ਆਏ ਇਹਨਾਂ ਲੋਕਾਂ ਦੀ ਗੱਲ ਮੰਨਦੇ, ਉਹਨਾਂ ਦਾ ਤਾਂ ਕਹਿਣ ਦਾ ਮਤਲਬ ਇਹ ਹੈ। ਇਮ ਨਿੰਦਕ ਉਪਹਾਸ ਜੁਗਤ ਬਹੁ ਨਿੰਦ ਹੈ ਬਿੰਦ ਹੈ ਨਹੀਂ ਗਵਾਰ। ਕਹਿੰਦੇ ਭਾਈ ਆਏ ਨਿੰਦਕ ਨਿੰਦਾ ਕਰੀ ਜਾ ਰਹੇ ਨਿਤਾ ਪ੍ਰਤੀ, ਕਹਿੰਦੇ ਭਾਈ ਇਹ ਤਾਂ ਗਵਾਰ ਹਨ ਗਵਾਰ। ਮਹਾਰਾਜ ਕਹਿੰਦੇ ਭਾਈ ਇੱਕ ਗੱਲ ਯਾਦ ਰੱਖਣੀ, ਜਿਹੜੇ ਗੁਰਮੁਖ ਹੁੰਦੇ ਨੇ ਉਹ ਨਿੰਦਾ ਆਪਣੀ ਆਪ ਵੀ ਕਰਾ ਲੈਂਦੇ ਨੇ। ਆਖੋ ਸਤਨਾਮ। ਕਹਿੰਦੇ ਨਿੰਦੋ ਨਿੰਦੋ ਮੋਖੋ ਲੋਕ ਨਿੰਦੋ, ਨਿੰਦੋ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮੈਂ ਸਾਰ। ਮਹਾਰਾਜ ਕਹਿੰਦੇ ਹਨ ਭਾਈ ਜੀਵਨ ਦੇ ਵਿੱਚ ਗੱਲ ਯਾਦ ਰੱਖਣਾ ਜੀ, ਕਦੇ ਵੀ ਕੋਈ ਸੇਵਾ ਕਰਦਾ ਹੋਵੇ ਉਹਦੀ ਨਿੰਦਿਆ ਨਹੀਂ ਕਰਨੀ ਭਾਈ, ਨਹੀਂ ਬੋਲਣੀ। ਮਹਾਰਾਜ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ ਮੋਹ ਕਾਲੇ ਤਿਨਾਂ ਨਿੰਦਕਾਂ, ਨਰਕੇ ਘੋਰ ਭਵਨ। ਜੀਵਨ ਵਿੱਚ ਇੱਥੇ ਤੱਕ ਤਾਂ ਨਿੰਦਾ ਤਾਂ ਬਹੁਤ ਦੂਰ ਦੀ ਗੱਲ ਹੈ, ਸੱਚੇ ਪਾਤਸ਼ਾਹ ਦਾ ਬਾਣੀ ਵਿੱਚ ਕਹਿੰਦੇ ਨੇ ਉਸਤਤ ਵੀ ਨਹੀਂ ਕਿਸੇ ਦੀ ਕਰਨੀ ਭਾਈ। ਆਖੋ ਸਤਨਾ। ਉਸਤਤ ਵੀ ਨਹੀਂ ਕਰਨੀ, ਕਹਿੰਦੇ ਉਸਤਤ ਨਿੰਦਾ ਦੋ ਤਿਆਗੇ, ਖੋਜੇ ਪਦ ਨਿਰਵਾਣਾ ਜਨ ਨਾਨਕੇ ਖੇਲ ਕੱਠਣ ਹੈ ਕਿਨਹੋ ਗੁਰਮੁਖ ਜਾਣਾ। ਸੱਚੇ ਪਾਤਸ਼ਾਹ ਜੀ ਦੀ ਜੀਵਨੀ ਸੁਣਨ ਦਾ, ਇਤਿਹਾਸ ਸੁਣਨ ਦਾ ਅਰਥ ਇਹ ਹੈ ਕਿ ਉਹਨਾਂ ਦੀ ਜੀਵਨੀ ਤੋਂ ਐਸੀ ਐਸੀ ਅਵਸਥਾਵਾਂ ਜੋ ਲੋਕ ਸਾਡੇ ਨਾਲ ਆਮ ਜੀਵਨ ਵਿੱਚ ਵਾਪਰਦੀ ਹੈ ਗੁਜ਼ਰਦੀ ਹੈ, ਉਹਨਾਂ ਨੂੰ ਦੇਖਣਾ ਕਿ ਸਾਡੇ ਨਾਲ ਜਦੋਂ ਇਸ ਤਰ੍ਹਾਂ ਵਾਪਰੇਗਾ ਤਾਂ ਸਾਨੂੰ ਕਿਵੇਂ ਉਹਨੂੰ ਝੇਲਣਾ, ਕਿਵੇਂ ਉਹਦਾ ਮੂਹਰਾ ਕਰਨਾ। ਸੋ ਮਹਾਰਾਜ ਕਹਿੰਦੇ ਜਦੋਂ ਲੋਕ ਸਾਡੀ ਨਿੰਦਿਆ ਕਰਨ, ਕਹਿੰਦੇ ਜੀਵਨ ਦੇ ਵਿੱਚ ਕਦੇ ਉਹਨਾਂ ਨੂੰ ਪੁੱਠਾ ਨਹੀਂ ਬੋਲਣਾ, ਨਿੰਦਾ ਉਹਨਾਂ ਦੀ ਨਹੀਂ ਕਰਨ ਲੱਗ ਜਾਣਾ। ਸਿੱਖ ਨੂੰ ਤਾਂ ਇੱਥੇ ਤੱਕ ਹੁਕਮ ਹੈ ਮਹਾਰਾਜ ਦਾ, ਕਹਿੰਦੇ ਉਸਤਤ ਨਿੰਦਿਆ ਨਾਹੇ ਜੇ ਕੰਚਨ ਲੋ ਸਮਾਨ, ਕਹੋ ਨਾਨਕ ਸੁਣ ਰੇ ਮਨਾ ਮੁਕਤ ਤਹੇ ਤਹੇ ਜਾਣ। ਉਹ ਬੰਦਾ ਮੁਕਤ ਹੁੰਦਾ ਹੈ, ਕਹਿੰਦੇ ਜਿਹੜਾ ਨਿੰਦਿਆ ਅਤੇ ਉਸਤਤ ਦੋਨੋਂ ਤਿਆਗਦੇ। ਬਹੁਤ ਔਖੀ ਹੈ, ਬਹੁਤ ਔਖੀ, ਨਿੰਦਿਆ ਤਾਂ ਛੁੱਟਦੀ ਨਹੀਂ, ਉਸਤਤ ਕਰੇ ਬਿਨਾਂ ਅਸੀਂ ਰਹਿੰਦੇ ਨਹੀਂ। ਧਿਆਨ ਰੱਖਣਾ, ਕਹਿੰਦੇ ਕਿਸੇ ਬੰਦੇ ਦੀ ਉਸਤਤ ਕਰਨ ਦਾ ਮਤਲਬ ਇਤਨਾ ਹੈ
ਕਿ ਕਿਸੇ ਦੇ ਗੁਣਾਂ ਨੂੰ ਵਧਾ ਕੇ ਬੋਲਣਾ, ਨਿੰਦਿਆ ਦਾ ਅਰਥ ਹੈ ਕਿਸੇ ਦੇ ਗੁਣਾਂ ਨੂੰ ਘਟਾ ਕੇ ਬੋਲਣਾ। ਜਦੋਂ ਆਪਾਂ ਕਿਸੇ ਦੇ ਗੁਣਾਂ ਨੂੰ ਵਧਾ ਕੇ ਬੋਲਦੇ ਹਾਂ ਤਾਂ ਵੀ ਆਪਣਾ ਨੁਕਸਾਨ ਹੈ, ਜਿੰਨੇ ਗੁਣ ਉਹਦੇ ਵਧਾ ਕੇ ਬੋਲਦੇ ਹਾਂ ਉਨੇ ਗੁਣ ਆਪਾਂ ਨੂੰ ਦੇਣੇ ਪੈਂਦੇ ਨੇ, ਅਤੇ ਜਿੰਨੇ ਗੁਣ ਆਪਾਂ ਘਟਾ ਕੇ ਬੋਲਾਂਗੇ ਤਾਂ ਵੀ ਆਪਣਾ ਨੁਕਸਾਨ ਹੈ, ਜਿੰਨੇ ਘਟਾਤੇ ਉਨੇ ਫਿਰ ਆਪਾਂ ਨੂੰ ਦੇਣੇ ਪੈਣਗੇ। ਸੱਚੇ ਪਾਤਸ਼ਾਹ ਸਾਨੂੰ ਐਸਾ ਜੀਵਨ ਦਾ ਰਾਸਤਾ ਦੱਸਦੇ ਨੇ। ਮਹਾਰਾਜ ਕਹਿੰਦੇ ਹਨ ਭਾਈ ਕਿਸੇ ਦੀ ਉਸਤਤ ਨਾ ਕਰਿਓ, ਕਿਸੇ ਦੀ ਵੀ ਨਿੰਦਿਆ ਨਾ ਕਰਿਓ। ਨਿੰਦਿਆ ਤਾਂ ਹਰ ਬੰਦਾ ਕਰ ਰਿਹਾ ਇੱਕ ਦੂਜੇ ਦੀ, ਪਰ ਨਿੰਦਿਆ ਸੁਣੀ ਨਹੀਂ ਜਾਂਦੀ। ਉਸਤਤ ਸੁਣ ਕੇ ਫਿਰ ਆਪਣਾ ਅੰਦਰ ਹਰਖ ਆ ਜਾਂਦਾ, ਆਪਣੇ ਮਨ ਵਿੱਚ ਬੜਾ ਐਸਾ ਖਿਆਲ ਆਉਂਦਾ ਕਿ ਮੇਰੀ ਉਸਤਤ ਕਰਦੀ ਹੈ ਜੇ ਬਹੁਤ ਚੰਗਾ, ਜੇ ਨਾ ਕਰਦਾ ਤਾਂ ਅਸੀਂ ਇਹਦੀ ਸੇਵਾ ਵੀ ਨਹੀਂ ਕਰਨੀ। ਤੁਸੀਂ ਕਦੇ ਖਿਆਲ ਕਰੋ, ਜਦੋਂ ਤੁਸੀਂ ਕਿਸੇ ਬੰਦੇ ਦੀ ਉਸਤਤ ਕਰਦੇ ਹੋ ਨਾ ਜੀ, ਤਾਂ ਤੁਹਾਡੀ ਬੰਦਾ ਉਹ ਹੋਰ ਕੰਮ ਕਰਨ ਦੀ ਕੋਸ਼ਿਸ਼ ਕਰਦਾ, ਜੇ ਤੁਸੀਂ ਉਹਦੀ ਉਸਤਤ ਨਾ ਕਰੋ। ਉੱਥੋਂ ਕਹਿੰਦਾ ਭਾਈ ਹੁਣ ਅਗਲੀ ਵਾਰ ਦੇਖੀਆਂ ਸੀ, ਤੇਰੀ ਤਾਂ ਸੇਵਾ ਵੀ ਨਹੀਂ ਕਰਨੀ, ਤੈਨੂੰ ਪੁੱਛਣਾ ਵੀ ਨਹੀਂ ਅਸੀਂ। ਜੀਵਨ ਵਿੱਚ ਹਰ ਕੋਈ ਬੰਦਾ ਉਸਤਤ ਦਾ ਭੁੱਖਾ ਹੈ, ਹਰ ਕੋਈ ਬੰਦਾ ਨਿੰਦਿਆ ਕਰਨ ਦੇ ਉੱਤੇ ਲੱਗਿਆ ਹੋਇਆ। ਗੁਰੂ ਮਹਾਰਾਜ ਕਹਿੰਦੇ ਭਾਈ ਨਿੰਦਿਆ ਕਿਸੇ ਦੀ ਵੀ ਨਹੀਂ ਕਰਨੀ, ਇਸ ਤੋਂ ਬਚਣਾ। ਗੁਰੂ ਮਹਾਰਾਜ ਦਾ ਐਸਾ ਜੀਵਨ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਸਾਨੂੰ ਦਰਸਾ ਰਹੇ ਨੇ ਕਿ ਜੀਵਨ ਦੇ ਵਿੱਚ ਗੁਰੂ ਮਹਾਰਾਜ ਨੂੰ ਬਹੁਤ ਸਾਰੇ ਉਹਨਾਂ ਦੇ ਘਰ ਦੇ ਲੋਕ ਮਹਾਰਾਜ ਬਾਸਰ ਕੇ ਰਹਿੰਦੇ ਹਨ। ਧਿਆਨ ਮਹਾਰਾਜ ਦਾ ਆਪਣਾ ਪਿੰਡ ਸੀ, ਅਤੇ ਉੱਥੋਂ ਮਹਾਰਾਜ ਖੰਡੂਰ ਸਾਹਿਬ ਆਏ ਸੇਵਾ ਕਰਦਿਆਂ ਕਰਨ ਵਾਸਤੇ। ਨੇੜੇ ਨੇੜੇ ਪਿੰਡ ਨੇ, ਯਾਨੀ ਬਹੁਤ ਜ਼ਿਆਦਾ ਦੂਰ ਨਹੀਂ ਹੈ, 30-35 ਕਿਲੋਮੀਟਰ ਦੇ ਉੱਤੇ ਫਾਸਲੇ 'ਤੇ ਨੇ। ਕਹਿੰਦੇ ਭਾਈ ਬੰਦੇ ਪੈਦਲ ਆ ਜਾਂਦੇ ਪਿੰਡ ਦੇ ਆ ਜਾਂਦੇ, ਅਤੇ ਉਹਨਾਂ ਨੇ ਆ ਕੇ ਐਸਾ ਠੱਠੇ ਉਲਾਣੇ ਕਿ ਹੁਣ ਇਹਨਾਂ ਨੂੰ ਘਰੇ ਕੋਈ ਪੁੱਛਣ ਵਾਲਾ ਨਹੀਂ ਹੈ, ਬਜ਼ੁਰਗ ਹੋ ਗਏ ਹੁਣ ਇਹ, ਹੁਣ ਤੁਰੇ ਫਿਰਦੇ ਨੇ। ਕਹਿੰਦੇ ਇਹਨਾਂ ਨੂੰ ਕੋਈ ਆਸਰਾ ਲੱਭਿਆ ਨਹੀਂ, ਹੁਣ ਖੰਡੂਰ ਸਾਹਿਬ ਆ ਕੇ ਸਤਿਗੁਰੂ ਗੁਰੂ ਅੰਗਦ ਪਾਤਸ਼ਾਹ ਜੀ ਦੇ ਦਰ ਦੇ ਉੱਤੇ ਆ ਕੇ ਹੁਣ ਟਿਕ ਗਏ ਨੇ। ਇੱਥੇ ਹਰ ਕਿਸੇ ਦੀ ਗੱਲ ਮੰਨੀ ਜਾਂਦੇ ਨੇ। ਐਸੀ ਅਵਸਥਾ ਦੇ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਦੀ ਅਵਸਥਾ ਕੈਸੀ ਬਣੀ ਹੋਈ ਹੈ, ਕਿਵੇਂ ਅਡੋਲ ਰਹੇ, ਕਿਵੇਂ ਅਡੋਲ ਇੱਥੇ ਰਹਿੰਦਿਆਂ ਹੋਇਆਂ ਉਹਨਾਂ ਨੇ 12 ਸਾਲ ਸੇਵਾ ਕੀਤੀ। ਇਸੇ ਪ੍ਰਸੰਗ ਵਿੱਚ ਜ਼ਿਕਰ ਆ ਚੁੱਕਿਆ ਪਿੱਛੇ, ਕਹਿੰਦੇ ਭਾਈ 12 ਸਾਲ ਗੁਰੂ ਮਹਾਰਾਜ ਜੀ ਦੇ ਦਰ ਦੇ ਉੱਤੇ 72 ਸਾਲ ਦੇ ਆਏ ਹੋਏ, 12 ਸਾਲ ਸੇਵਾ ਕੀਤੀ, 84 ਸਾਲ ਹੋ ਗਏ। ਧਿਆਨ 84 ਸਾਲ ਸੇਵਾ ਕੀਤੀ ਗੁਰੂ ਮਹਾਰਾਜ ਦੇ ਦਰ ਦੇ ਉੱਤੇ, ਫਿਰ 22 ਸਾਲ ਆਪ ਜੀ ਨੂੰ ਗੱਦੀ ਤੋਂ ਉਪਰੰਤ ਗੁਰਦਾ ਗੱਦੀ ਦੀ ਸੰਭਾਲ ਵਿੱਚ ਰਹੇ। ਭਾਈ ਆਖੋ ਸਤਨਾਮ, ਗੁਰਦਾ ਗੱਦੀ ਆਪ ਜੀ ਨੇ ਕਮਾਈ। ਗੁਰੂ ਮਹਾਰਾਜ ਦੀ ਕਿਤਨੀ ਉਮਰ ਸੀ, 105-6 ਸਾਲ ਤਕਰੀਬਨ ਦੱਸਦੇ ਨੇ ਇਤਿਹਾਸਕਾਰ ਦੱਸਦੇ ਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਵਸਥਾ ਜਿਉਂ ਜਿਉਂ ਵੱਡੀ ਹੁੰਦੀ ਹੈ ਨਾ ਬੰਦੇ ਦੀ ਉਮਰ, ਇੱਕ ਤਾਂ ਗੁੱਸਾ ਵੱਧਦਾ ਜਾਂਦਾ, ਇੱਕ ਦੂਸਰੇ ਦੀ ਗੱਲ ਜਰੀ ਨਹੀਂ ਜਾਂਦੀ। ਧਿਆਨ ਰੱਖਣਾ, ਅਗਲੇ ਬੰਦੇ ਵੀ ਆਪਾਂ ਨੂੰ ਇਹੀ ਸਮਝਾਉਂਦੇ ਨੇ ਕਿ ਭਾਈ ਹੁਣ ਬੁੜਾ ਹੋ ਗਿਆ, ਤੂੰ ਬਦਲ ਜਾ, ਇਹਨਾਂ ਨੇ ਤਾਂ ਬਦਲਣਾ ਨਹੀਂ। ਕਹਿੰਦੇ ਉਸ ਉਮਰ ਵਿੱਚ ਵੀ ਮਹਾਰਾਜ ਬਦਲੇ, ਉਸ ਉਮਰ ਵਿੱਚ ਵੀ ਮਹਾਰਾਜ ਦੇ ਅੰਦਰ ਧੀਰਜ ਰਿਹਾ, ਉਸ ਉਮਰ ਦੇ ਵਿੱਚ ਵੀ ਜਿਸ ਵੇਲੇ ਬੰਦਾ ਉੱਠਦਾ ਵੀ ਨਹੀਂ ਹੈ, ਲੋਕ ਫੜ ਕੇ ਉਠਾਉਂਦੇ ਨੇ, ਉਸ ਉਮਰ ਦੇ ਵਿੱਚ ਵੀ ਆਪ ਜੀ ਨੇ 12 ਸਾਲ ਬਿਆਸਾਂ ਤੋਂ ਜਲ ਲੈ ਕੇ ਆਉਣਾ, ਰਸਤੇ 'ਚ ਦਮਦਮਾ ਸਾਹਿਬ ਪੈਂਦਾ, ਉੱਥੇ ਮਹਾਰਾਜ ਨੇ ਆਪ ਗਾਗਰ ਰੱਖ ਕੇ ਥੋੜ੍ਹਾ ਜਿਹਾ ਦਮ ਲੈਣਾ। ਧਿਆਨ ਰੱਖਣਾ, ਜਦੋਂ ਜਾਣਾ ਉੱਥੇ ਪੈਰੀ ਜਾਣਾ। ਧਿਆਨ ਰੱਖਣਾ, ਅਤੇ ਉੱਥੇ ਜਾ ਕੇ ਜਿਸ ਵੇਲੇ ਜਲ ਲੈਣ ਲੱਗਣਾ ਅਤੇ ਟੰਡਾ ਹੋ ਜਾਣਾ, ਮਹਾਰਾਜ ਕੰਢ ਪਾਸੇ ਕਿਤੇ ਆਏ ਹੋ ਜਾਣੀ, ਅਤੇ ਗਾਗਰ ਰੱਖ ਕੇ ਅਰਦਾਸ ਕਰਨੀ। ਭਾਈ ਆਖੋ ਸਤਨਾਮ, ਕਿ ਪਾਤਸ਼ਾਹ ਜਲ ਲੈਂਦਿਆਂ ਮੇਰੀ ਆਪ ਜੀ ਕਹਿੰਦੀ ਕੰਢ ਹੋ ਗਈ, ਕੰਢ। ਇਤਨਾ ਪਿਆਰ, ਇਤਨਾ ਭਾਉ, ਐਸੇ ਭਾਵ ਦੇ ਵਿੱਚ ਮਹਾਰਾਜ ਨੇ 12 ਸਾਲ ਸੇਵਾ ਨਿਭਾਈ, 12 ਸਾਲ। ਹੁਣ ਅੱਗੇ ਬਹੁਤ ਸਾਰਾ ਜ਼ਿਕਰ ਆਉਣਾ ਕਿਵੇਂ ਲੋਕਾਂ ਨੇ ਹੋਰ ਮਹਾਰਾਜ ਦੇ ਨਾਲ ਕੈਸਾ ਕੈਸਾ ਵਿਹਾਰ ਕੀਤਾ। ਕਹਿੰਦੇ ਉਹਨਾਂ ਨੂੰ ਕਿਵੇਂ ਮਹਾਰਾਜ ਨੇ ਜੀਵਨ ਦੇ ਵਿੱਚ ਅਵਸਥਾ ਨੂੰ ਕਹਿੰਦੇ ਭਾਈ ਫਿਰ ਵਰਣਨ ਕੀਤਾ, ਉਹ ਕਵੀ ਸਾਹਿਬ ਜੀ ਹੁਣ ਅੱਗੇ ਦੱਸਣਗੇ। ਇੱਥੇ ਤੱਕ ਤਾਂ ਮਹਾਰਾਜ ਹੁਣ ਇਹ ਮਹਾਰਾਜ ਦਾ ਜਿਹੜਾ ਸੁਭਾਅ ਹੈ ਦੱਸ ਰਹੇ ਨੇ ਕਿ ਲੋਕ ਉਹਨਾਂ ਨੂੰ ਗਵਾਰ ਵੀ ਆਖ ਰਹੇ ਨੇ, ਤਾਂ ਵੀ ਸੱਚੇ ਪਾਤਸ਼ਾਹ ਜੀ ਦੀ ਅਵਸਥਾ ਦੇਖੋ ਕਿਵੇਂ ਟਿਕੀ ਹੋਈ ਹੈ। ਦੀਨ ਦੁਨੀ ਕਾ ਪਾਤਸ਼ਾਹ ਹੋਏ ਜਿਸ ਕੇ ਸਮ ਕੋ ਹੋਏ ਨਾ ਉਧਾਰ। ਕਹਿੰਦੇ ਇਹਦੇ ਵਰਗਾ ਉਧਾਰ ਕਰਨ ਵਾਲਾ ਕੋਈ ਦੂਜਾ ਨਹੀਂ ਹੋਣਾ ਹੈ, ਦੀਨ ਦੁਨੀ ਦਾ ਮਾਲਕ ਹੋਣਾ ਹੈ। ਇਹ ਨਹੀਂ ਜਾਣਦੇ ਸਨ ਉਹ ਗਵਾਰ, ਉਹ ਬੰਦਿਆਂ ਨੂੰ ਇਹ ਨਹੀਂ ਪਤਾ ਸੀ ਜਿਹੜੇ ਮਜ਼ਾਕ ਉਡਾ ਰਹੇ ਸਨ ਕਿ ਇਹਨਾਂ ਦੀ ਕਿਤਨੀ ਉੱਚੀ ਅਵਸਥਾ ਹੋਣੀ ਹੈ, ਕਿਵੇਂ ਇਹ ਤ੍ਰਿਲੋਕੀ ਦੇ ਮਾਲਕ ਹੋਣੇ ਨੇ, ਕਿਵੇਂ ਇਹਨਾਂ ਨੇ ਜਗਤ ਗੁਰੂ ਦਾ ਸਰੂਪ ਦੇ ਗੁਰਤਾ ਗੱਦੀ 'ਤੇ ਯੁਗੋ ਯੁਗ ਟਲਦੀ ਅਵਸਥਾ 'ਤੇ ਆਪ ਜਿਹੜੇ ਬਰਾਜਨਾ ਹੈ,
ਮਹਾਰਾਜ ਕਹਿੰਦੇ ਭਾਈ ਸਾਖਤ ਮਰੇ ਸੰਤ ਸਭ ਜੀਵੇ, ਐਸੀ ਅਵਸਥਾ ਨੂੰ ਕਿਵੇਂ ਇਹਨਾਂ ਨੇ ਪ੍ਰਾਪਤ ਕਰਨਾ? ਇਹ ਗਵਾਰਾਂ ਨੂੰ ਮੂਰਖਾਂ ਨੂੰ ਪਤਾ ਨਹੀਂ ਸੀ। ਸਿੱਖ ਯਾਰ ਨਿੰਦਕ ਤੇ ਸੁਣ ਕਰ ਹਰ ਖਨਾ ਸ਼ੋਕ ਕਰੇ ਕਿਸ ਵਾਰ, ਕਹਿੰਦੇ ਇੱਕ ਵਾਰ ਵੀ ਕਿਸੇ ਦੇ ਉੱਤੇ ਵੀ ਕਹਿੰਦੇ ਐਸੇ ਸਿੱਖਿਆ ਤੋਂ ਕਹਿੰਦੇ ਲੋਕਾਂ ਤੋਂ ਨਿੰਦਾ ਸੁਣ ਕੇ ਵੀ ਆਪ ਜੀ ਨੇ ਹਰਕ ਤੇ ਸੋਗ ਨਹੀਂ ਕੀਤਾ। ਇੱਕ ਸੇਵ ਕੇ ਤਤ ਪਰ ਹੋਏ ਕਰ ਗੁਰੂ ਅਰਾਧੇ ਸਰਵ ਪ੍ਰਕਾਰ, ਕਹਿੰਦੇ ਇੱਕ ਦੀ ਹੀ ਸੇਵਾ ਕਮਾਈ। ਕਹਿੰਦੇ ਇੱਥੇ ਹੀ ਮਹਾਰਾਜ ਨੇ ਗੁਰੂ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਅਰਾਧਿਆ। ਇੱਕ ਗੱਲ ਹੁਣ ਆਪਾਂ ਇੱਥੇ ਗੁਰੂ ਦਾ ਜ਼ਿਕਰ ਕਰ ਰਹੇ ਹਾਂ, ਇਹ ਗੱਲ ਯਾਦ ਰੱਖਣੀ ਕਿ ਸਾਡੇ ਕੋਲ ਗੁਰੂ ਅਰਾਧਨ ਦਾ ਜਿਹੜਾ ਜ਼ਿਕਰ ਹੈ, ਉਸ ਵੇਲੇ ਜਿਹੜਾ ਸਰੀਰ ਸਰੂਪ ਸੀ ਮਹਾਰਾਜ ਦਾ, ਉਸ ਸਰੀਰ ਸਰੂਪ ਦੇ ਵਿੱਚ ਵੀ ਜਿਹੜਾ ਗੁਰੂ ਸੀ, ਯਾਦ ਰੱਖਣਾ ਜੀ, ਕੇਵਲ ਸ਼ਬਦ ਗੁਰੂ ਸੀ ਭਾਈ। ਆਖੋ ਸਤਨਾਮ, ਸ਼ਬਦ ਗੁਰੂ ਸੀ। ਸਰੀਰ ਗੁਰੂ ਦਾ ਸਰੂਪ ਸੀ, ਗੁਰੂ ਯਾਨੀ ਉਹਨਾਂ ਵਿੱਚ ਪੂਰਨ ਰੂਪ ਵਿੱਚ ਵਰਤ ਰਿਹਾ ਸੀ। ਗੁਰੂ ਮਹਾਰਾਜ ਨੇ ਇਹ ਅਵਸਥਾ ਨੂੰ ਪ੍ਰਗਟ ਕਰਕੇ ਦਿਖਾਇਆ ਕਿ ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਯਾਨੀ ਜਿਸ ਵੇਲੇ ਮੈਂ ਮਿਟ ਜਾਂਦੀ ਹੈ ਨਾ ਬੰਦੇ ਦੀ, ਮੈਂ ਮਿਟਾਉਣ ਵਾਸਤੇ ਕਿਤਨੀ ਤਪੱਸਿਆ ਘਾਲਣਾ ਕਰਨੀ ਪਈ, ਤੁਸੀਂ ਆਪ ਖਿਆਲ ਕਰੋ ਭਾਈ। ਜਿਸ ਵੇਲੇ ਮੈਂ ਮਿਟ ਜਾਂਦੀ ਹੈ, ਫਿਰ ਇਹੀ ਸਰੀਰਕ ਰੂਪ ਜੋ ਦੀਂਦਾ ਸਰਗੁਣ ਸਰੂਪ, ਕਹਿੰਦੇ ਇਹ ਨਿਰਗੁਣ ਸਰੂਪ ਤੇ ਸਰਗੁਣ ਸਰੂਪ ਇੱਕੋ ਹੀ ਨਜ਼ਰ ਆਉਂਦੇ ਨੇ ਭਾਈ। ਆਖੋ ਸਤਨਾਮ। ਕਹਿੰਦੇ ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਇਸ ਕਿਰਿਆ ਨੂੰ ਜ਼ਰਾ ਬਹੁਤ ਸੂਖਮ ਤਰੀਕੇ ਨਾਲ ਵਿਚਾਰਨਾ ਕਿ ਤੁਸੀਂ ਤੇ ਰੱਬ ਇੱਕ ਹੋ ਜਾਂਦੇ ਹੋ। ਅਬ ਤੋਂ ਜਾਏ ਚੜ੍ਹੈ ਸਿੰਘਾਸਨ, ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੀ। ਕਹਿੰਦੇ ਜੀਵਨ ਵਿੱਚ ਦੋਨੋਂ ਇੱਕੋ ਹੀ ਰੂਪ ਹੋ ਜਾਂਦੇ ਨੇ, ਰੱਬ ਤੇ ਕਹਿੰਦੇ ਭਾਈ ਰੱਬ ਨੂੰ ਜਪਣ ਵਾਲਾ ਇੱਕ ਹੋ ਜਾਂਦਾ। ਹਰ ਹਰ ਜਨ ਦੋਏ ਏਕ ਹੈ, ਬਿਮ ਵਿਚਾਰ ਕਿਛ ਨਾਹੀ, ਜਲ ਤੇ ਉਪਜਿਤ ਰੰਗ ਜੂ ਜਲ ਹੀ ਵਿਖੇ ਸਮਾਏ। ਪਰ ਇੱਥੇ ਬਹੁਤ ਸੂਖਮ ਗੱਲ ਹੈ ਇਹਨੂੰ ਸਮਝਣਾ ਕਿ ਕਦੇ ਵੀ ਕਿਸੇ ਸਰੀਰਕ ਸਰੂਪ ਦੀ ਮੂਰਤੀ ਬਣਾ ਕੇ ਪੂਜਾ ਨਹੀਂ ਕਰਨੀ, ਇਹ ਮਹਾਰਾਜ ਨੇ ਸਾਨੂੰ ਦਰਸਾਇਆ ਭਾਈ। ਆਖੋ ਸਤਨਾਮ। ਬੇਸ਼ੱਕ ਤੁਸੀਂ ਤੇ ਰੱਬ ਇੱਕ ਹੋ ਜਾਓ, ਤੁਸੀਂ ਕਿਹਾ ਤੇ ਖਿਆਲ ਕਰੋ, ਸਿੱਖ ਗੁਰੂ, ਗੁਰੂ ਸਿੱਖ ਹੈ, ਇੱਕੋ ਗੁਰ ਉਪਦੇਸ਼ ਚਲਾਏ। ਕਹਿੰਦੇ ਸਿੱਖ ਤੇ ਗੁਰੂ ਤੇ ਸਿੱਖ ਇੱਕ ਹੋ ਜਾਂਦੇ ਨੇ ਕਿ ਗੁਰੂ ਸਿੱਖ ਨੂੰ ਗੁਰ ਦਿੰਦੇ ਨੇ ਤੇ ਗੁਰੂ ਤੋਂ ਸਿੱਖ ਗੁਰ ਲੈਂਦਾ। ਧਿਆਨ ਰੱਖਣਾ ਗੁਰ ਤੇ ਗੁਰੂ ਸ਼ਬਦ ਵਿੱਚ ਥੋੜ੍ਹਾ ਜਿਹਾ ਧਿਆਨ ਰੱਖਣਾ ਜੀ। ਕਹਿੰਦੇ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਕਹਿੰਦੇ ਗੁਰੂ ਤੋਂ ਸਿੱਖ ਗੁਰ ਲੈਂਦਾ ਤੇ ਸਿੱਖ ਗੁਰੂ ਤੋਂ ਗੁਰ ਲੈਂਦਾ ਤੇ ਗੁਰੂ ਸਿੱਖ ਨੂੰ ਗੁਰ ਦਿੰਦੇ ਨੇ। ਧਿਆਨ ਜੁਗਤ ਦਿੰਦੇ ਨੇ, ਕਿਆ ਜਪ, ਕਿਆ ਤਪ ਸੰਜਮੋ, ਕਿਆ ਵਰਤ, ਕਿਆ ਇਸ਼ਨਾਨ, ਜਬ ਲਗ ਜੁਗਤ ਨਾ ਜਾਣੀਏ, ਭਾਉ ਭਗਤ ਭਗਵਾਨ। ਇਹ ਜੀਵਨ ਦੇ ਵਿੱਚ ਸਾਡੇ ਮੂਹਰੇ ਜੋ ਗੁਰੂ ਜੀ ਦਾ ਪ੍ਰਕਾਸ਼ ਦਸੇ ਪਾਤਸ਼ਾਹੀਆਂ ਦੀ ਜੋਤ ਸਰੂਪ ਸਾਡੇ ਸਰੂਪ ਦੇ ਮੂਹਰੇ ਪ੍ਰਕਾਸ਼ ਨੇ, ਜੁਗੋ ਜੁਗ ਅਟਲ ਮਹਾਰਾਜ ਦਾ ਸਰੂਪ ਹੈ। ਇਹ ਕਿਉਂ ਕੀਤਾ, ਕਦੇ ਖਿਆਲ ਕੀਤਾ ਜੀ ਆਪਾਂ ਨੇ ਕਿ ਗੁਰੂ ਇਸ ਵਾਸਤੇ ਸਾਡੇ ਮੂਹਰੇ ਬਾਣੀ ਰੂਪ ਹੈ, ਸ਼ਬਦ ਰੂਪ ਹੈ, ਕਿਉਂਕਿ ਇਹ ਗੁਰੂ ਅਤੇ ਇਹ ਬਾਣੀ ਸਰੂਪ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਗੁਰੂ ਨੇ। ਉਦੋਂ ਪਹਿਲਾਂ ਤੋਂ ਜਦੋਂ ਤੋਂ ਸ੍ਰਿਸ਼ਟੀ ਬਣੀ ਹੈ ਉਦੋਂ ਤੋਂ ਗੁਰੂ ਹੈ ਜੋ ਨਾਨਕ ਪਾਤਸ਼ਾਹ ਪ੍ਰਗਟ ਕਰ ਰਹੇ ਨੇ, ਜਿਹਨੂੰ ਕਲਗੀਧਰ ਪਾਤਸ਼ਾਹ ਵੀ ਕਹਿੰਦੇ ਨੇ ਆਦ ਅੰਤ ਏਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਸੋ ਆਹ ਜਿਹੜਾ ਗੁਰੂ ਦਾ ਸਰੂਪ ਸਾਡੇ ਮੂਹਰੇ ਪ੍ਰਕਾਸ਼ ਹੈ ਨਾ ਜੀ, ਇਹ ਰੱਬ ਦੀ ਬਾਣੀ ਬੰਦਿਆਂ ਵਿੱਚੋਂ ਆਉਂਦੀ ਹੈ, ਬੰਦਿਆਂ ਵਿੱਚੋਂ ਰੱਬ ਆਪ ਕਰਦੇ ਨੇ ਐਸਾ ਦਰਸਾਉਂਦੀ ਹੈ, ਬੰਦਿਆਂ ਵਿੱਚ ਹੀ ਰੱਬ ਵੱਸਦੇ ਨੇ। ਅਤੇ ਬੰਦਾ ਜਦੋਂ ਰੱਬ ਦੇ ਵਿੱਚ ਸਮਾਉਂਦਾ ਰਹਿੰਦਾ, ਰੱਬ ਦੇ ਗੁਣ ਗਾਉਂਦਾ ਰਹਿੰਦਾ, ਤਾਂ ਫਿਰ ਬੰਦਾ ਬੰਦਾ ਨਹੀਂ ਰਹਿੰਦਾ, ਰੱਬ ਦਾ ਰੂਪ ਹੋ ਜਾਂਦਾ ਭਾਈ। ਆਖੋ ਸਤਨਾਮ। ਜਦੋਂ ਤੁਸੀਂ ਰੱਬ ਦਾ ਰੂਪ ਹੋ ਜਾਂਦੇ ਹੋ, ਤੁਸੀਂ ਕਦੇ ਭੁੱਲ ਕੇ ਨਹੀਂ ਕਹਿ ਸਕਦੇ ਹੁਣ ਮੇਰੀ ਫੋਟੋ ਟੰਗ ਲਓ ਭਾਈ, ਤੁਸੀਂ ਆਖੋ ਸਤਨਾਮ, ਹੁਣ ਮੇਰੀ ਫੋਟੋ, ਮੈਂ ਰੱਬ ਦਾ ਰੂਪ ਹੋ ਗਿਆ। ਅਤੇ ਇਸ ਦਰ ਦੇ ਉੱਤੇ ਬਹੁਤ ਸੁੰਦਰ ਸਾਨੂੰ ਮਹਾਰਾਜ ਨੇ ਰਸਤਾ ਦੱਸਿਆ ਕਿ ਕਿਤੇ ਕੋਈ ਵੀ ਗੁਰਸਿੱਖ ਜਿਹੜਾ ਰੱਬ ਦਾ ਰੂਪ ਹੋਵੇਗਾ, ਆਏ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੀ। ਜਦੋਂ ਮਹਾਰਾਜ ਕਹਿੰਦੇ ਨਾ ਜਿਨ੍ਹਾਂ ਨਾ ਵਿਸਰੇ ਨਾਮ ਸੇ ਕਿਨੇਹਾ, ਭੇਦ ਨਾ ਜਾਣੋ ਮੂਲ ਸਾਈ ਜਿਹਾ, ਉਹ ਰੱਬ ਵਰਗੇ ਹੀ ਹੋਣਗੇ। ਪਰ ਜੀਵਨ ਦੇ ਵਿੱਚ ਜਿਸ ਵੇਲੇ ਆਪਣੇ ਕਿਸੇ ਵੀ ਸਰੀਰ ਸਰੂਪ ਦੇ ਵਿੱਚ ਮਾਰਗ ਦੀ ਕਿਰਪਾ ਹੋ ਜਾਏ ਤੇ ਇਹ ਰੱਬ ਵਰਗਾ ਹੋ ਜਾਏ, ਇਹ ਭੁੱਲ ਕੇ ਨਹੀਂ ਕਹਿ ਸਕਦਾ ਕਿਸੇ ਬੱਚਿਆਂ ਨੂੰ, ਕਿਸੇ ਵੀ ਹੋਰ ਸੰਗਤ ਨੂੰ ਕਿ ਭਾਈ ਹੁਣ ਮੇਰੀ ਫੋਟੋ ਦੀ ਪੂਜਾ ਕਰਿਆ ਕਰੋ, ਮੈਂ ਰੱਬ ਹੋ ਗਿਆ। ਆਖੋ ਸਤਨਾਮ। ਐਸੇ
ਕਿਰਿਆ ਨੂੰ ਮਹਾਰਾਜ ਨੇ ਆਪਣੇ ਜੀਵਨ ਵਿੱਚ ਦਰਸਾਇਆ। ਗੁਰੂ ਮਹਾਰਾਜ ਦੇ ਜਦੋਂ ਜਦੋਂ ਤੱਕ ਮਹਾਰਾਜ ਸਾਕਸ਼ਾਤ ਸਨ, ਜਦੋਂ ਤੱਕ ਮਾਤਾ ਪਿਤਾ ਰੱਬ ਰੂਪ ਹੁੰਦੇ ਨੇ, ਬੱਚੇ ਜਾਂ ਕੋਈ ਵੀ ਸੰਗਤ ਦਾ ਸਰੂਪ ਉਹਦਾ ਸਤਿਕਾਰ ਕਰਦਾ ਹੈ। ਧਿਆਨ ਰੱਖਣਾ, ਮਹਾਰਾਜ ਕਹਿੰਦੇ ਜੋ ਦੀਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀ। ਜੀਵਨ ਵਿੱਚ ਜਿਉਂਦਿਆਂ ਵਿੱਚ ਰੱਬ ਨੂੰ ਦੇਖਣਾ, ਜਿਉਂਦਿਆਂ ਵਿੱਚ ਜਿਉਂਦੇ ਬੰਦੇ ਨੇ ਰੱਬ ਰੂਪ ਹੋਣਾ ਹੈ। ਐਸਾ ਅਮਰਦਾਸ ਸੱਚੇ ਪਾਤਸ਼ਾਹ ਗੁਰੂ ਅੰਗਦ ਪਾਤਸ਼ਾਹ ਵਿੱਚ ਦੇਖਦੇ ਸਨ ਭਾਈ, ਆਖੋ ਸਤਨਾਮ, ਐਸਾ ਦੇਖਦੇ ਸਨ। ਫਿਰ ਅੰਗਦ ਪਾਤਸ਼ਾਹ ਜਿਸ ਵੇਲੇ ਜੋਤੀ ਜੋਤ ਸਮਾਏ, ਆਪਣੀ ਜੋਤ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਵਿੱਚ ਰਲਾਈ, ਫਿਰ ਮੁੜ ਕੇ ਨਹੀਂ ਕਿਹਾ ਕਿ ਹੁਣ ਮੇਰੀ ਫੋਟੋ ਦਾ ਧਿਆਨ ਧਰਿਓ, ਆਖੋ ਸਤਨਾਮ। ਆਪਣੇ ਸਵੈਮ ਫੋਟੋ ਦਾ ਧਿਆਨ ਧਰਨਾ, ਜਦੋਂ ਤੱਕ ਆਪਣੀ ਸਵੈਮ ਦੀ ਫੋਟੋ ਨਾ ਦਿਖੇ, ਉਦੋਂ ਜਿਨ੍ਹਾਂ ਵਿੱਚ ਰੱਬ ਵੱਸਦਾ ਉਹਨਾਂ ਨੂੰ ਦੇਖਣਾ ਕਿਵੇਂ ਰੱਬ ਇਹਨਾਂ ਵਿੱਚ ਵੱਸਦਾ, ਇਹ ਜ਼ਿਕਰ ਕਰਦੇ ਨੇ, ਆਖੋ ਸਤਨਾਮ। ਜਿਹੜਾ ਰਸਨਾ ਤੋਂ ਜ਼ਿਕਰ ਕਰਨ ਲੱਗ ਜੇ, ਜਿਹੜਾ ਮਾਤਾ ਪਿਤਾ ਰੋਜ਼ ਕੰਮ ਕਰਦਿਆਂ ਹੋਇਆ ਜ਼ਿਕਰ ਕਰੇ, ਆਪਣਾ ਜ਼ਿਕਰ ਨਾ ਕਰੇ ਕਿ ਮੈਂ ਕੀਤਾ, ਆਪਣੇ ਰੱਬ ਦਾ ਜ਼ਿਕਰ ਕਰਨ ਲੱਗ ਜਾਏ, ਸਮਝੋ ਉਹਦੇ ਅੰਦਰੋਂ ਮੈਂ ਮਿੱਟ ਰਹੀ ਹੈ, ਉਹ ਰੱਬ ਦਾ ਰੂਪ ਹੋ ਰਿਹਾ, ਰੱਬ ਦਾ ਰੂਪ ਉਸ ਵਿੱਚ ਪ੍ਰਗਟ ਹੋ ਰਿਹਾ। ਇਹ ਤੇ ਔਰਤ ਮਰਦਾ ਸਾਜੇ, ਇਹ ਸਭ ਰੂਪ ਤੁਮਾਰੇ, ਆਖੋ ਸਤਨਾਮ। ਐਸੀ ਕਿਰਿਆ, ਐਸੀ ਕਿਰਿਆ ਦੇ ਵਿੱਚ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਗੁਰੂ ਜੀ ਦਾ ਧਿਆਨ ਧਰਦੇ ਆਏ, ਉਹ ਜ਼ਿਕਰ ਅਖੀਰਲੀਆਂ ਪੰਕਤੀਆਂ ਵਿੱਚ ਕਰ ਰਹੇ ਨੇ ਕਵੀ ਸਾਹਿਬ ਜਰਾ ਪੜ੍ਹੋ ਪਿਆਰ ਨਾਲ ਜੀ। ਸਿੱਖਿਆ ਨਿਆਰ ਨਿੰਦਕ ਤੇ ਸੁਣ ਕਰ, ਹਰ ਖਰਾ ਸੋਕ ਕਰੇ ਕਿਸ ਬਾਰ, ਇੱਕ ਸੇਵਕ ਤਤ ਪਰ ਹੋਏ ਕਰ, ਗੁਰੂ ਆਰਾਧੇ ਸਰਵ ਪ੍ਰਕਾਰ। ਕਹਿੰਦੇ ਆਏ ਗੁਰੂ ਦੀ ਆਰਾਧਨਾ ਅਮਰਦਾਸ ਸੱਚੇ ਪਾਤਸ਼ਾਹ ਸਰਵ ਪ੍ਰਕਾਰ ਦੇ ਨਾਲ ਕਹਿੰਦੇ ਕਰਦੇ ਰਹੇ, ਅੰਗਦ ਪਾਤਸ਼ਾਹ ਜੀ ਦੇ ਦਰ ਤੇ ਸੇਵਾ ਕਮਾਉਂਦਿਆਂ ਹੋਇਆਂ, ਆਏ ਅੰਗਦ ਪਾਤਸ਼ਾਹ ਜੀ ਦੇ ਬਚਨਾਂ ਨੂੰ ਕਮਾਉਂਦੇ ਰਹੇ। ਕਹਿੰਦੇ ਲੋਕਾਂ ਦੀ ਪਰਵਾਹ ਨਹੀਂ ਕੀਤੀ, ਲੋਕ ਕੀ ਕਹਿੰਦੇ ਨੇ, ਕਹਿੰਦੇ ਭਾਈ ਲੋਕ ਚਾਹੇ ਜਿੰਨਾ ਮਰਜ਼ੀ ਨਿੰਦਣ, ਕਹਿੰਦੇ ਉਹਨਾਂ ਦੀ ਪਰਵਾਹ ਨਹੀਂ ਕੀਤੀ। ਐਸੀ ਦ੍ਰਿੜਤਾ ਸਿੱਖ ਦੇ ਵਿੱਚ ਆਵੇ। ਕਵੀ ਸਾਹਿਬ ਜੀ ਇਤਿਹਾਸ ਲਿਖ ਰਹੇ ਨੇ, ਇਹ ਇਤਿਹਾਸ ਦਾ ਜਿਹੜਾ ਪ੍ਰਸੰਗ ਆਪਾਂ ਸਰਵਣ ਕਰ ਰਹੇ ਹਾਂ, ਇਹ ਸਿੱਖ ਸੰਗਤ ਇਸ ਵਾਸਤੇ ਕਰ ਰਹੀ ਹੈ, ਜਿਵੇਂ ਮੁਸਲਮਾਨਾਂ ਦੇ ਵਿੱਚ ਕੁਰਾਨ ਸ਼ਰੀਫ ਇੱਕ ਹੈਗੀ ਹੈ ਅਤੇ ਹਦੀਸਾਂ ਨੇ, ਹਦੀਸਾਂ ਦੇ ਵਿੱਚ ਮੁਹੰਮਦ ਸਾਹਿਬ ਦੀ ਜੀਵਨੀ ਹੈ, ਅਤੇ ਉਹਨੂੰ ਸੁਣ ਕੇ ਲੋਕ ਕਹਿੰਦੇ ਭਾਈ ਮੁਹੰਮਦ ਸਾਹਿਬ ਨੇ ਆਏ ਕੀਤਾ, ਆਏ ਆਪਾਂ ਨੇ ਕਮਾਉਣਾ, ਕਹਿੰਦੇ ਇਹ ਸਾਡੇ ਵਾਸਤੇ ਗੁਰੂ ਮਹਾਰਾਜ ਦੀ ਜੀਵਨੀਆਂ ਨੇ ਕਿ ਮਹਾਰਾਜ ਨੇ ਕਿਵੇਂ ਸੇਵਾ ਕਰਦਿਆਂ ਹੋਇਆਂ ਰੱਬ ਦੀ ਪ੍ਰਾਪਤੀ ਕੀਤੀ, ਗੁਰ ਸ਼ਰਨ ਵਿੱਚ ਆ ਕੇ ਕਿਵੇਂ ਗੁਰੂ ਦੀ ਬੰਦਗੀ ਕੀਤੀ, ਕਿਵੇਂ ਉਹਨਾਂ ਦਾ ਧਿਆਨ ਆਪਣੇ ਹਿਰਦੇ ਵਿੱਚ ਕਹਿੰਦੇ ਗੁਰ ਸ਼ਬਦ ਰਾਹੀਂ ਕਮਾਉਣਾ ਕੀਤਾ। ਐਸੇ ਬਚਨ ਜੀਵਨੀ ਵਿੱਚੋਂ ਜਿਉਂ ਜਿਉਂ ਸੁਣਦੇ ਜਾਵਾਂਗੇ, ਉਹਨਾਂ ਨੂੰ ਆਪਣੇ ਜੀਵਨ 'ਚ ਅਪਣਾਉਣ ਵਾਸਤੇ ਆਪਾਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜੁੜੇ ਹੋਏ ਹਾਂ। ਸਤਿ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਡੇ ਹਿਰਦੇ ਵਿੱਚ ਮਹਾਰਾਜ ਦਾ ਇਤਿਹਾਸ, ਗੁਰੂ ਮਹਾਰਾਜ ਦੀ ਜੀਵਨੀ, ਅੰਮ੍ਰਿਤ ਵੇਲੇ ਲੜੀਵਾਰ ਕਥਾ, ਗੁਰੂ ਮਹਾਰਾਜ ਜੀ ਦੀ ਬਾਣੀ ਜੀ ਦੀ ਜਿਹੜੀ ਚੱਲ ਰਹੀ ਹੈ, ਧਿਆਨ ਰੱਖਣਾ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਕਿਸੇ ਵੀ ਪਾਤਸ਼ਾਹ ਦੀ ਆਪਣੀ ਜੀਵਨੀ ਨਹੀਂ ਲਿਖੀ ਹੋਈ, ਜੋ ਸੰਸਾਰਿਕ ਜੀਵਨੀ ਹੁੰਦੀ ਹੈ, ਅਧਿਆਤਮਿਕ ਜੀਵਨੀ ਪੂਰੀ ਹੈ ਮਹਾਰਾਜ ਦੀ। ਧਿਆਨ ਰੱਖਣਾ, ਜਿਹੜੀ ਅਧਿਆਤਮਿਕ ਯਾਤਰਾ ਦੀ ਜੀਵਨੀ ਹੈ ਨਾ ਜੀ, ਉੱਥੇ ਇਹ ਨਹੀਂ ਲਿਖਿਆ ਕਿ ਮਹਾਰਾਜ ਕਿੱਥੇ ਕਰਤਾਰਪੁਰ ਸਾਹਿਬ ਕਿਵੇਂ ਰਹੇ, ਮਹਾਰਾਜ ਕਿਹਨੂੰ ਕਿਹਨੂੰ ਜਾ ਕੇ ਤਾਰ ਗਿਆ, ਇਹ ਨਹੀਂ ਲਿਖਿਆ। ਉੱਥੇ ਇਹ ਲਿਖਿਆ ਕਿ ਸੱਚੇ ਪਾਤਸ਼ਾਹ ਰੱਬ ਨਾਲ ਕਿਵੇਂ ਰਹੇ, ਉਸ ਰੱਬ ਦੀ ਜ਼ਿਕਰ, ਉਸ ਰੱਬ ਦੀ ਬਾਣੀ ਨੂੰ ਜਿਸ ਵੇਲੇ ਮਹਾਰਾਜ ਸੁਣਾਉਂਦੇ, ਜਿਹੜਾ ਜਿਹੜਾ ਸੁਣਦਾ ਸੀ ਉਹਦੀ ਕਿਵੇਂ ਕਿਵੇਂ ਗਤੀ ਹੁੰਦੀ ਹੈ, ਧਿਆਨ ਰੱਖਣਾ। ਉਸ ਬਾਣੀ ਦੀ ਅਵਸਥਾ ਦਾ ਬੋਧ ਦਿੱਤਾ, ਇਹੀ ਜੀਵਨੀ ਸੀ ਸੱਚੇ ਪਾਤਸ਼ਾਹ ਜੀ, ਧਿਆਨ ਰੱਖਣਾ। ਸੋ ਐਸੀ ਜੀਵਨੀ ਗੁਰੂ ਮਹਾਰਾਜ, ਤੁਸੀਂ ਕਦੇ ਖਿਆਲ ਕਰੋ, ਗੁਰੂ ਮਹਾਰਾਜ ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਪੰਚਮ ਪਾਤਸ਼ਾਹ ਦੀ ਸ਼ਹੀਦੀ ਹੋ ਚੁੱਕੀ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਹੋ ਗਈ ਹੈ, ਗੁਰੂ ਮਹਾਰਾਜ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਮੂਹਰੇ ਆਪ ਜੀ ਦੇ ਦੋਨੋਂ ਸਾਹਿਬਜ਼ਾਦੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਏ। ਕਹਿੰਦੇ ਭਾਈ ਨੂਰਾ ਮਾਹੀ ਖਬਰ ਲੈ ਕੇ ਆਉਂਦਾ ਹੈ ਕਿ ਛੋਟੇ ਸਾਹਿਬਜ਼ਾਦੇ ਵੀ ਸ਼ਹੀਦ ਹੋ ਗਏ, ਕਰ ਦਿੱਤੇ ਗਏ ਸਰਹੰਦ ਵਿੱਚ। ਉਸ ਤੋਂ ਉਪਰੰਤ ਮਹਾਰਾਜ ਦਮਦਮਾ ਸਾਹਿਬ ਗੁਰੂ ਕੀ ਕਾਂਸ਼ੀ ਸਾਹਿਬ ਕੀ ਤਲਵੰਡੀ ਵਿਖੇ 9 ਮਹੀਨੇ 9 ਦਿਨਾਂ ਤੱਕ ਸੱਚੇ ਪਾਤਸ਼ਾਹ ਬਾਬਾ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਤੋਂ ਬੀੜ ਰਖਾਉਂਦੇ ਨੇ, ਪਰ ਕਿਤੇ ਜ਼ਿਕਰ ਨਹੀਂ ਕਰਦੇ ਭਾਈ, ਆਖੋ ਸਤਨਾ। ਕਿਤਨਾ ਵੱਡਾ ਇਤਿਹਾਸ ਹੋ ਗੁਜ਼ਰਿਆ, ਕਿਉਂ ਨਹੀਂ ਜ਼ਿਕਰ ਕਰਦੇ? ਕਿਉਂਕਿ ਇਸ ਵਾਸਤੇ ਨਹੀਂ ਕਰਦੇ ਕਿਉਂਕਿ ਉਹ ਕੀਤਾ ਰੱਬ ਦਾ ਹੋਇਆ, ਆਪਣਾ ਨਹੀਂ ਹੋਇਆ ਜਾਣਿਆ, ਆਖੋ ਸਤਨਾ। ਉਹ ਰੱਬ ਦਾ ਕੀਤਾ ਹੋਇਆ, ਕਿਤਨਾ ਵੱਡਾ ਜ਼ਿਕਰ ਹੁੰਦਾ, ਆਪਾਂ ਛੋਟਾ ਜਿਹਾ ਕਿਤੇ ਕੋਈ
ਜੰਗ ਯੁੱਧ ਕਿਤੇ ਇੱਕ ਲੜ ਕੇ ਆਈਏ ਕਿਤਾਬ ਲਿਖ ਦਿੰਦੇ ਹਾਂ ਧਿਆਨ ਲਿਖ ਜੀਵਨ ਦੇ ਵਿੱਚ ਮਹਾਰਾਜ ਨੇ ਇੱਕ ਵੀ ਇਤਿਹਾਸ ਦਾ ਪੰਨਾ ਆਪਣਾ ਨਹੀਂ ਲਿਖਿਆ ਸੱਚੇ ਪਾਤਸ਼ਾਹ ਜੀ ਨੇ ਆਪਣੀ ਜੀਵਨੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 'ਚ ਨਹੀਂ ਪਾਈ ਕਿਉਂਕਿ ਦੁਨੀਆਂ ਨੂੰ ਇਹ ਦਰਸਾਇਆ ਕਹਿੰਦੇ ਭਾਈ ਸਭ ਕੁਛ ਕੀਤਾ ਤੇਰਾ ਹੋਵੇ ਨਾ ਹੀ ਕੁਛ ਅਸਾੜਾ ਜੀਓ ਇਹ ਸਾਡਾ ਕੀਤਾ ਨਹੀਂ ਹੈ ਰੱਬ ਦਾ ਕੀਤਾ ਹੋਇਆ ਸੋ ਆਪਾਂ ਤਾਂ ਛੋਟੀ ਛੋਟੀ ਗੱਲ ਜਣਾਉਂਦੇ ਰਹਿੰਦੇ ਹਾਂ ਭਗਤ ਕਰੇ ਮੂਰਖ ਆਪ ਜਣਾਵੇ ਨੱਚ ਨੱਚ ਟੱਪੇ ਬਹੁਤ ਦੁੱਖ ਪਾਵੇ ਕਹਿੰਦੇ ਆਪਾਂ ਭਗਤੀ ਕਰਨ ਵਾਲੇ ਆਪਣੇ ਆਪ ਨੂੰ ਜਣਾਈ ਜਾਂਦੇ ਹਾਂ ਕਹਿੰਦੇ ਇਹ ਜੀਵਨ ਵਿੱਚ ਦੁੱਖ ਦਾ ਕਾਰਨ ਬਣ ਜਾਂਦਾ ਹੈ ਭਾਈ ਆਖੋ ਸਤਨਾਮ ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਜੀਵਨੀ ਦੀ ਵਿਚਾਰ ਕਰਦੇ ਹਾਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਬੇਅਦਬੀਆਂ ਤੁੱਟੀਆਂ ਰਹਿ ਗਈਆਂ ਹਨ ਜੀ ਪੰਜਾਹ ਬੱਚਾ ਸਮਝ ਕੇ ਮਾਫ਼ ਕਰਨਾ ਸੰਗਤ ਅਤੇ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਣ ਯੋਗ ਹਨ ਆਓ ਅੰਤਰਾ ਸ਼ਬਦ ਪੜ੍ਹ ਕੇ ਸਮਾਪਤੀ ਕਰੀਏ ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੈ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਭੀ ਹੋਵਨਹਾਰ ਹੇ ਸੰਤਾਂ ਕੈ ਸਦਾ ਸੰਗ ਨਿਧਾਰਾਧਾ ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਪਰੋਏ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨਹਾ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ ਜਗਮਗ ਜੋਤ ਬਿਰਾਜ ਰਹੀ ਸ੍ਰੀ ਗੁਰੂ ਗ੍ਰੰਥ ਮਜਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।